दिव्या जी तुझसे भी बाले मजाती हूँ। ਉਹ ਸਾਡੂਆ ਉਹ ਮੈਨੂੰ ਤਾਂ ਲੱਗਦਾ ਸੀ ਇਹ ਬਦਲ ਗਈ ਹੋਣੀ ਆ ਵਿਆਹ ਤੋਂ ਬਾਅਦ, ਇਹ ਤਾਂ ਹੁਣ ਵੀ ਉਵੇਂ ਹਾਸਾ ਮਜ਼ਾਕ ਕਰਦੀ ਆ। ਕਿੱਥੇ ਗਈ ਸੀ? ਮੈਂ ਜੀਜੇ ਜੀ ਹੁਣੀ ਨਾਲ ਸਮਾਨ ਜਾ ਲੈਣ ਗਈ ਸੀ। ਨਾ ਜੀਜੇ ਵਾਲਾ ਸਮਾਨ ਤੈਨੂੰ ਬਾਹਲਾ ਵਧੀਆ ਲੱਗਦਾ, ਮੈਂ ਤੈਨੂੰ ਲੈ ਕੇ ਨਹੀਂ ਦਿੰਦਾ, ਮੈਨੂੰ ਨਹੀਂ ਕਹਿ ਸਕਦੀ ਸੀ? ਉਹ ਚੱਲ ਕੋਈ ਨਾ ਸਾਡੂਆ, ਉਹ ਫਿਰ ਕੀ ਹੋ ਗਿਆ? ਸਾਲੀ ਆ ਮੇਰੀ। ਚੁੱਪ, ਜੇ ਤੇਰੇ ਨਾਲ ਗੱਲ ਕਰਾਂ ਨਾ ਤਾਂ ਬੋਲੀ। ਹੋ ਗਿਆ ਤੇਰਾ ਪਹਿਲਾ ਫੇਰਾ, ਸਮਾਨ ਬੰਨ ਚੱਲੀਏ। ਮਜ਼ਾਕ ਨਾ ਬਰਾਬਰ ਦਿਆਂ ਨਾਲ ਕਰੀਦਾ, ਤੇਰੀ ਸਾਲੀ ਉਹ ਪਹਿਲਾਂ ਸੀ ਹੁਣ ਮੇਰੀ ਘਾਲ ਵਾਲੀ ਹੈ, ਮੈਨੂੰ ਮਜ਼ਾਕ ਪਸੰਦ ਨਹੀਂ। ਹਾਂ ਹਾਂ ਟੈਮ ਤੇ ਪਹੁੰਚ ਜਿਓ, ਸਿੱਧਾ ਹੀ ਆ ਜਿਓ ਪੈਲਸ ਦੇ ਵਿੱਚ। ਚੰਗਾ ਹੁਣ ਮੈਂ ਰੱਖ ਰਹੀ ਹਾਂ, ਪਹੁੰਚ ਜੀ। ਆਹ ਖਿਲਾਰਾ ਇਕੜੇ ਪਿਆ, ਕੱਲ ਨੂੰ ਪ੍ਰਾਹੁਣਿਆਂ ਨੇ ਸਾਰਿਆਂ ਨੇ ਘਰੇ ਆਉਣਾ, ਇਹ ਚੱਕਣਾ ਨਹੀਂ ਹੈਗਾ। ਨੀ ਮਿੰਦਾ ਮਿੰਦਾ। ਹਾਂਜੀ ਮੰਮੀ। ਤੈਨੂੰ ਪਤਾ ਨਾ ਵੀ ਸਾਰੇ ਪ੍ਰਾਹੁਣਿਆਂ ਨੇ ਘਰੇ ਆਉਣਾ, ਆ ਖਿਲਾਰਾ ਨੀ ਚੱਕਣਾ। ਓ ਮੇਰੇ ਤਾਂ ਦਿਮਾਗ ਦੇ ਵਿੱਚੋਂ ਹੀ ਨਿਕਲ ਗਿਆ ਸੀ ਇਹ ਚੱਕਣਾ, ਮੈਂ ਹੁਣ ਹੀ ਚੱਕ ਦਿੰਦੀ ਹਾਂ। ਆਹ ਟਾਈਮ ਕੌਣ ਆ ਗਿਆ ਮਿੰਦੋ? ਹਾਂਜੀ। ਜਾ ਕੇ ਦੇਖ ਤਾਂ ਕੌਣ ਆਇਆ? ਮੈਂ ਦੇਖ ਲਈ। ਮਨਪ੍ਰੀਤ ਆ ਟਾਈਮ। ਹਾਂਜੀ ਭਾਬੀ, ਕੱਲ ਆਪਣੇ ਫੰਕਸ਼ਨ ਨੀ ਗਾ। ਫੰਕਸ਼ਨ? ਉਹ ਤਾਂ ਕੱਲ ਆ, ਕਿਹਾ ਤਾਂ ਸੀਗਾ ਵੀ ਪੈਲਸ 'ਚ ਸਿੱਧਾ ਪਹੁੰਚਿਓ, ਘਰੇ ਥੋੜੀ ਕਰਨਾ ਸੀ ਆਪਾਂ ਕੁਛ। ਓਹੋ ਉਹ ਤਾਂ ਭਾਬੀ ਮੈਨੂੰ ਪਤਾ, ਮੈਂ ਕਿਹਾ ਚੱਲ ਇੱਕ ਦਿਨ ਪਹਿਲਾਂ ਹੀ ਚਲੀ ਜਾਂਦੀ ਹਾਂ, ਕੋਈ ਕੰਮ ਕਾਰ ਹੀ ਕਰਾਉਣਾ ਹੁੰਦਾ। ਅੱਛਾ ਮਿੰਦੋ ਕੌਣ ਆ? ਮਨਪ੍ਰੀਤ ਤੂੰ? ਆਜੋ ਆਜੋ, ਬਾਹਰ ਕਾਹਤੇ ਖੜਿਆ, ਆਜੋ। ਵਟਸਐਪ ਤੇ ਨਿਆਣਿਆਂ ਨੇ ਭੇਜਿਆ ਤਾਂ ਸੀਗਾ ਕਾਰਡ ਵੀ ਪ੍ਰੋਗਰਾਮ ਤਾਂ ਕੱਲ ਦਾ। ਵਟਸਐਪ ਤੇ? ਉਹ ਤਾਂ ਮੰਮੀ ਪਹਿਲਾਂ ਸੀਗਾ ਇਹਨਾਂ ਕੋਲ ਫੋਨ, ਉਹ ਤਾਂ ਇਹਨਾਂ ਨੇ ਵੇਚਤਾ, ਹੁਣ ਤਾਂ ਇਹਨਾਂ ਨੇ ਛੋਟਾ ਫੋਨ ਲੈ ਲਿਆ ਬਟਨਾਂ ਵਾਲਾ। ਜਾਣੀ ਤੈਨੂੰ ਵਟਸਐਪ ਤੇ ਸੁਨੇਹਾ ਪਹੁੰਚਿਆ ਨਹੀਂ। ਚੱਲ ਕੋਈ ਨਾ, ਜੇ ਤੂੰ ਆਏ ਗਈ ਆ ਨਾ, ਰੋਟੀ ਬਣੀ ਪਈ ਆ, ਨਾਲੇ ਤਾਂ ਆਪ ਖਾ ਲਾ, ਨਾਲੇ ਪ੍ਰਾਹੁਣੇ ਨੂੰ ਪਾ ਕੇ ਦੇ ਦੇ, ਅਸੀਂ ਤਾਂ ਸਵੇਰ ਦੀਆਂ ਥੱਕੀਆਂ ਪਈਆਂ, ਅਸੀਂ ਲੱਗਿਆ ਪੈਣ। ਹਾਂਜੀ ਹਾਂਜੀ ਮੰਮੀ, ਕੋਈ ਗੱਲ ਨੀ, ਮੈਂ ਆਪਣੇ ਆਪ ਇਹਨਾਂ ਨੂੰ ਰੋਟੀ ਦੇ ਦੂੰ, ਤੁਸੀਂ ਜਾ ਕੇ ਪਓ। ਚੱਲ ਚੰਗਾ। ਤੇ ਮੰਮੀ ਅਸੀਂ ਪੈਣਾ ਕਿੱਥੇ ਆ? ਪੈਣ ਦਾ ਮਨ ਵੀ ਸਾਰੇ ਕਮਰੇ ਭਰੇ ਪਏ ਨੇ, ਤੂੰ ਐ ਕਰ ਮਿੰਦੋ ਇੱਥੇ ਕੰਬਲ ਲਿਆ ਦੇ, ਆ ਬਾਹਰ ਬੈਡ ਹੈਗਾ ਇੱਥੇ ਪੈ ਜਾਓ। ਠੀਕ ਹੈ ਮੰਮੀ ਜੀ। ਚੱਲ ਠੀਕ ਆ ਪੁੱਤ। ਮਨਪ੍ਰੀਤ ਆਪਾਂ ਨਾ ਗਲਤੀ ਕਰ ਲਈ ਆ ਕੇ, ਆਪਾਂ ਕੱਲ ਨੂੰ ਹੀ ਆ ਜਾਂਦੇ ਤਾਂ ਵਧੀਆ ਰਹਿੰਦੇ। ਕੋਈ ਗੱਲ ਨ਀, ਫਿਰ ਕੀ ਹੋ ਗਿਆ ਜੇ ਆਪਾਂ ਅੱਜ ਆ ਗਏ? ਮੈਂ ਤਾਂ ਇਹ ਸੋਚਿਆ ਸੀਗਾ ਵੀ ਮੈਂ ਕੰਮ ਕੁੰਮ ਕਰਾ ਦੂੰਗੀ, ਪਰ ਇਹਨਾਂ ਨੇ ਤਾਂ ਪ੍ਰੋਗਰਾਮ ਹੀ ਬਾਹਰ ਰੱਖ ਲਿਆ, ਡੈਡੀ ਵੇਲੇ ਤਾਂ ਸਾਰੇ ਪ੍ਰੋਗਰਾਮ ਘਰੇ ਹੀ ਹੁੰਦੇ ਸੀਗੇ। ਚੱਲ ਠੀਕ ਆ, ਰੋਟੀ ਦੇਖ ਮਾੜੀ ਜੀ ਹੈਗੀ ਆ ਕਿ ਨਹੀਂ। ਹਾਂਜੀ ਮੈਂ ਦੇਖਦੀ ਹਾਂ। ਆ ਰੁਕ ਜਾ, ਆ ਲੈ ਮਨਪ੍ਰੀਤ ਰਜਾਈ, ਹੁਣ ਮੈਂ ਜਾ ਕੇ ਪੈਂਦੀ ਹਾਂ। ਠੀਕ ਆ ਭਾਬੀ। ਉਹ ਸੱਚਾ ਅੱਛਾ ਭਾਬੀ ਮੈਂ ਉਹ ਤੂੰ ਰਹਿਣ ਦੇ ਰੋਟੀ ਨੂੰ, ਭੁੱਖ ਨਹੀਂ ਹੈਗੀ ਮੈਨੂੰ, ਆਪਾਂ ਪੈਂਦੇ ਹਾਂ। ਮਨਪ੍ਰੀਤ ਉਹ ਮਿੰਦੋ ਤੇਰੀ ਭਾਬੀ ਸਰਾਣਾ ਨਹੀਂ ਦੇ ਕੇ ਗਈ? ਨਹੀਂ ਸ਼ਾਇਦ ਭੁੱਲ ਗਈ ਹੋਣੀ ਆ, ਅੱਜ ਕੰਮ ਬਹੁਤ ਕੀਤੇ ਨੇ ਨਾ। ਚੱਲ ਕੋਈ ਨਾ ਪੈ ਜਾ।
मनप्रीत माड़ा चाह का तो देख यार, तीन चार बारी कहता मैं चाह नहीं आई अजे तक। हाँ जी मैं कर दी। भाभी। हाँ मनप्रीत चाह बन गई। चाह और नवा परौना भी आने वाला ही आ, फिर मैं कट्ठिया भी बनानी आ, जद तक होर काम कर ला। वो नवा परौना हुण तक तो आ जाना चाहिए सी, उन्होंने हजे तक आए क्यों नहीं? कई बार लेट हो जाता बंदा, आंदे ही होने आ। मनप्रीत मेरी गल सुन, वो जद तक चाह तो दे ही सकते ने, कल्ली चाह देने नूं इन्हां नूं की हुंदा? जद मैं कुंवारी सी मैं तो सवेर उठ के पहले टाइम ही चाह धर दिंदी सी, हुण जदों दा वीरे दा विआह होया भाबे ने घर दा सिस्टम ही चेंज करता, वो कहिंदे इक्को वारी चाह बणूगी सारे कट्ठे ही पीणगे। चलो ठीक है फिर, उड़ीक लो भाई नवे परौने नूं अपने नूं। हां जी। कोई ना तुसी बुला लो। की हाल है वीरे? आ देख ला, कहंदी सी बुला लो उहनू, चज नाल जवाब भी नहीं दे के गया, ते अपनी मम्मी ते भरजाई नू देख ला किवें नाल नाल चिंबड़े फिरदे उहदे। कोई ना जद अपना टाइम सी थोनू भी तो इन्ने चा नाल लैके जांदे सी, हुण उहनां दा टाइम आ। वाह आ चंगा हिसाब आ तेरे घरदिआं दा, जदों नवीं चीज आंदी आ तां पुराणी नूं भुल जांदे आ। तुसीं हुण गुस्सा ना करिओ, आपां फंक्शन नहीं खराब करना, बस तुसीं अपना मूड सैट रखिओ। ओ गरीबां दे काहदे मूड, आ चार पैसे वाला जवाई की मिल गया मैनूं भुल ही गए। तुसीं छड्डो, आपां अंदर जाके बहिंदे आ, फिर कहिणगे आए वी नहीं। ਬੋਲਿਆ ਸਾਲੇ ਹਰ, ਜਿਹੜੇ ਮੇਰੇ ਤੇ ਕੁਛ ਪਿਆ ਹੀ ਨਹੀਂ ਉਹ ਤੇ ਪੈਰ ਹੀ ਧਰਨੇ ਨੇ। ਓ ਹਾਂ ਮੈਂ ਚਾਹ ਪਾਣੀ ਦਾ ਇੰਤਜ਼ਾਮ ਹੁਣੀ ਕਰਦੀ ਆ। ਗੱਲ ਗੁੱਲ ਥੋੜੀ ਲੇਟ ਹੀ ਸਮਝਦੇ ਹੋ ਤੁਸੀਂ, ਸੁਣਾਉਣੀ ਪੈਂਦੀ ਹੈ ਹਜੇ ਵੀ। ਨਹੀਂ ਨਹੀਂ ਪ੍ਰਾਹੁਣਿਆ, ਸੁਣਾਉਣ ਵਾਲੀ ਕਿਹੜੀ ਗੱਲ, ਤੂੰ ਇੱਕ ਵਾਰੀ ਹੁਕਮ ਦਾ ਕਰ, ਆਪਾਂ ਉਹੀ ਚੀਜ਼ ਪੇਸ਼ ਕਰ ਦਿੰਨੇ। ਇਹ ਗੱਲ ਹੈ, ਮੇਰਾ ਪਕੌੜੇ ਖਾਣ ਦਾ ਮਨ ਹੈ, ਪਕੌੜੇ ਕੱਢੋ। ਸਵੇਰੇ ਸਵੇਰੇ ਪਕੌੜੇ ਕੱਢਾ, ਉਹ ਤੇ ਸ਼ਾਮ ਨੂੰ ਆਪਾਂ ਨੇ ਫੰਕਸ਼ਨ ਤੇ ਜਾਣਾ ਹੀ ਹੈ, ਜੇ ਕਹੇ ਤਾਂ ਆਲੂ ਵਾਲੇ ਪਰੌਂਠੇ ਬਣਾ ਦਿੰਨੀ ਹੈ। ਉਹ ਵੀ ਖਾਵਾਂਗੇ ਪਰ ਪਹਿਲਾਂ ਪਕੌੜੇ, ਜਾਂ ਫਿਰ ਕਹਿ ਦੋ ਸਾਤੋਂ ਸੇਵਾ ਨਹੀਂ ਹੁੰਦੀ, ਮੈਂ ਬਾਹਰੇ ਖਾਏ ਹੋਣਾ। ਐਂ ਕਾ ਤੇ ਕਹਿੰਦਾ ਪ੍ਰਾਹੁਣੇ, ਪਕੌੜੇ ਹੀ ਨੇ, ਆਪਾਂ ਹੁਣੇ ਕੱਢ ਲੈਂਦੇ ਹਾਂ, ਮੈਂ ਹੁਣੇ ਆਈ। ਕਿੰਨਾ ਕੁ ਟਾਈਮ ਲੱਗੂ? ਮੰਮੀ ਟਾਈਮ ਤਾਂ ਲੱਗੂਗਾ, ਪਕੌੜੇ ਨੇ ਅਕਸਰ ਨੂੰ, ਇਹ ਕਿਹੜਾ ਮੈਗੀ ਆ ਜਿਹੜੀ ਦੋ ਮਿੰਟਾਂ 'ਚ ਹੀ ਬਣ ਜੂ। ਚੱਲ ਪੁੱਤ ਤੂੰ ਸਵੇਰੇ ਸਵੇਰੇ ਗਰਮ ਨਾ ਹੋ, ਸੇਵਾ ਤਾਂ ਕਰਨੀ ਹੋ ਪੈਣੀ ਆ, ਅਕਸਰ ਨੂੰ ਘਰ ਦਾ ਨਵਾਂ ਜਵਾਈ ਆ, ਤੂੰ ਫਟਾਫਟ ਪਕੌੜੇ ਕੱਢ ਲੈ, ਚਾਹ ਤਾਂ ਬਣੀ ਪਈ ਆ, ਛੇਤੀ ਲੈ। ਮੰਮੀ ਜਿੰਨੀ ਮੇਰੀ ਸਪੀਡ ਹੈ ਨਾ, ਮੈਂ ਤਾਂ ਫੁੱਲ ਛੱਡੀ ਹੋਈ ਆ, ਆ ਗੈਸ ਵੀ ਦੇਖ ਲਓ ਉਹ ਵੀ ਪੂਰਾ ਤੇਜ਼ ਚੱਲਦਾ ਪਿਆ, ਜੇ ਕਹੋ ਤਾਂ ਤੁਸੀਂ ਭੱਠੀ ਲਾ ਲੈਂਦੀ ਆ, ਹੋਰ ਨਹੀਂ ਹੀ ਚਾਰ ਲੱਕੜਾਂ ਹੀ ਨਾਲ ਲਾ ਲੈਂਦੀ ਆ। ਉਹ ਮੈਂ ਤੈਨੂੰ ਲੱਕੜਾ ਲਾਉਣ ਨੂੰ ਥੋੜਾ ਨਾ ਕਹਿੰਦੀ ਆ, ਮੈਨੂੰ ਤਾਂ ਐਂ ਆ ਵੀ ਕਿਤੇ ਗੁੱਸਾ ਨਾ ਕਰ ਜਾਵੇ, ਅੜਬ ਸੁਭਾਅ ਦਾ ਹੈਗਾ। ਅੜਬ ਸੁਭਾਅ ਨੂੰ ਮੈਂ ਕੀ ਕਰਾਂ, ਹੁਣ ਮੈਂ ਕੱਚੇ ਲਾ ਕੇ ਲੈ ਜਾਵਾਂ, ਫੇਰ ਬੋਲੂਗਾ ਵੀ ਕੱਚੇ ਲੈ ਆਏ, ਤਾਂ ਹੀ ਤਾਂ ਰਾੜ ਰਹੀ ਆ। ਉਹ ਰਾੜ ਲਾ ਲਾਲ ਲਾਲ ਜੇ ਕਰ ਲਈ, ਨਾਲੇ ਚਟਣੀ ਪਾ ਲਿਆਈ, ਛੇਤੀ ਆ ਜਾ।
तू रे की कर दी है? और नवा परौना आया कोल बह जो। मैं तो मम्मी ये पूछन आई सी चाह बन गई चाह पकौड़े कट दिया मिंदो तुसी उत्थे जाके बैठो मिंदो लेके आउंदी आ। मम्मी असि केड़े वेलिया दे उठे होए आ तीन घंटे हो गए इन्हां नूं जागदे नूं घट्टो घट्ट इन्हां नूं चाह तां दे दो। ओ दे दिंदे आ चाह। मनप्रीत नाल तैनूं दीदा वी धरी होई आ चाह नाले असि केड़ा पीनी जे तैनूं बाला ही सी वी तुसी चाह पीनी आ आप धर लैंदी। धर तां लैंदी भाभी पर तुसी तां असूल बणाया वी चाह इक वारी इकट्ठी बननी आ। मेरे असूल तैनूं बड़े याद ने ਉਹ ਮੈਂ ਤਾਂ ਹੋਰ ਵੀ ਬਹੁਤ ਕੁਛ ਕਹਿਣੀ ਆ ਉਹ ਵੀ ਯਾਦ ਰੱਖ ਲਿਆ ਕਰੋ। ਮੈਂ ਤਾਂ ਇਹ ਵੀ ਕਿਹਾ ਸੀ ਵੀ ਫੰਕਸ਼ਨ ਵਾਲੇ ਦਿਨ ਹੀ ਆਇਓ। ਮੈਂ ਤਾਂ ਭਾਬੀ ਅੱਗੇ ਵੀ ਇੱਕ ਦਿਨ ਪਹਿਲਾਂ ਹੀ ਆਉਂਦੀ ਹਾਂ ਸਗੋਂ ਦੀ ਮੰਮੀ ਤਾਂ ਮੈਨੂੰ ਦੋ ਦਿਨ ਪਹਿਲਾਂ ਬੁਲਾ ਲੈਂਦੇ ਨੇ। ਚੱਲ ਛੱਡ ਮਨਪ੍ਰੀਤ ਇਹ ਗੱਲ ਆਪਾਂ ਬਾਅਦ 'ਚ ਕਰ ਲਾਂਗੇ ਆਪਾਂ ਨਵਾਂ ਪਰਾਉਣਾ ਬੈਠਾ ਉਹਦੇ ਵੱਲ ਵੀ ਦੇਖ ਲਈਏ। ਤੂੰ ਜਾ ਪੁੱਤ ਪਕੌੜੇ ਦੇਖ ਲੈ ਕਿਤੇ ਕਾਲੇ ਨਾ ਕਰ ਲਈ। ਤੂੰ ਚੱਲ ਮੇਰੇ ਨਾਲ ਫੰਕਸ਼ਨ ਦਾ ਟਾਈਮ ਆ ਤੂੰ ਕਿਉਂ ਭਾਬੀ ਨਾਲ ਲੜੀ ਜਾਂਦੀ ਹੈ ਸਵੇਰ ਦੀ ਕੰਮ ਲੱਗੀ ਹੋਈ ਆ ਭੂਤਨੀ ਘੁੰਮ ਜਾਂਦੀ ਹੈ। ਲੜਦੀ ਕਿੱਥੋਂ ਪਈ ਆ ਮੰਮੀ ਮੈਂ ਤੁਸੀਂ ਸਾਰੇ ਜਣੇ ਉਹਦੇ ਦੁਆਲੇ ਹੋਏ ਹੋਏ ਹੋ ਤੁਹਾਨੂੰ ਮੈਂ ਨਹੀਂ ਦਿਖਦੀ ਜਾਂ ਫਿਰ ਇਹ ਨਹੀਂ ਦਿਖਦੇ। ਤੂੰ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੀ ਹੈ ਮੇਰੇ ਲਈ ਤਾਂ ਤੁਸੀਂ ਦੋਨੇ ਜਾਣੀਆਂ ਇੱਕੋ ਹੀ ਆ। ਨਾਲੇ ਹੁਣ ਉਹ ਨਵਾਂ ਜਵਾਈ ਆ ਉਹਦੀ ਸੇਵਾ ਵੀ ਤਾਂ ਕਰਨੀ ਆ ਕੱਪੜੇ ਬਦਲ ਕੇ ਉੱਥੇ ਆ ਜਾ। ਸੁਣ ਲਿਆ ਮੈਂ ਸਾਰਾ ਕੁਛ। ਉਹ ਇੱਕ ਆ ਚਾਹ ਪਿੱਛੇ ਇੰਨਾ ਤਰਸਾਈ ਜਾਂਦੇ ਆ ਇਹ ਮੈਨੂੰ ਪ੍ਰਾਹੁਣਾ ਸਮਝਦੇ ਆ ਕਿ ਮਜ਼ਾਕ। ਆਪਾਂ ਨੂੰ ਨਾ ਇੱਥੇ ਆਉਣਾ ਹੀ ਨਹੀਂ ਚਾਹੀਦਾ ਸੀਗਾ। ਨਹੀਂ ਨਹੀਂ ਇੱਦਾਂ ਕਾਹਤੋਂ ਸੋਚਦੇ ਹੋ ਇੱਦਾਂ ਦੀ ਕੋਈ ਗੱਲ ਨਹੀਂ ਪ੍ਰਾਹੁਣੇ ਹੋ ਪ੍ਰਾਹੁਣਾ ਹੀ ਸਮਝਦੇ ਆ। ਚਲੋ ਆਪਾਂ ਅੰਦਰ ਚੱਲਦੇ ਆ ਚਾਹ ਬਣ ਗਈ। ਕਿੱਥੇ ਜਾਣ ਨੂੰ ਕਹਿੰਨੀ ਆ? ਅੰਦਰ ਉਹ ਜਿੱਥੇ ਤੁਹਾਡਾ ਨਵਾਂ ਜਵਾਈ ਬੈਠਾ। ਮੈਂ ਨਹੀਂ ਜਾਣਾ ਉੱਥੇ ਅੰਦਰ। ਕਿਉਂ ਕਿਉਂ ਨਹੀਂ ਜਾਣਾ? ਤੁਸੀਂ ਮੇਰੇ ਕਹੇ ਤੇ ਚੱਲੋ ਤੁਸੀਂ ਆਪਣੀ ਚਾਹ ਪੀਣੀ ਆ ਤੇ ਉਹਨੇ ਆਪਣੀ। ਚਲਿਆ ਜਾਣਾ ਤੇਰੇ ਕਹੇ ਤੇ ਚੱਲਦਾ ਪਰ ਜੇ ਉਹ ਮੈਨੂੰ ਕੁਛ ਬੋਲਿਆ ਨਾ ਮੇਰੇ ਤੋਂ ਬਰਦਾਸ਼ਤ ਨਹੀਂ ਹੋਣਾ ਪਹਿਲਾਂ ਦੱਸ ਦਿੰਦਾ ਤੈਨੂੰ। ਤੁਸੀਂ ਉਹੀ ਨਾ ਕਰੀ ਜਾਇਆ ਕਰੋ ਕੁਛ ਨਹੀਂ ਕਹਿੰਦੇ ਉਹ। ਚਲੋ ਚੱਲ। ਹੱਸ ਪਾ ਵਾਹ ਬਹੁਤ ਸੋਹਣੀ ਫੋਟੋ ਆਈ ਆ। ਸੋਹਣੀ ਤਾਂ ਆਊਗੀ ਵੀ ਪੈਸਾ ਲੱਗਿਆ ਹੋਇਆ ਐਪਲ ਦਾ ਫੋਨ ਹੈ ਜੇ ਇਹ ਤੇ ਸੋਹਣੀ ਨਾ ਆਈ ਹੋਰ ਕੀ ਬਟਨ ਵਾਲੇ ਤੇ ਆਊ। ਬੜਾ ਸੋਹਣਾ ਫੋਨ ਆ ਜੀਜੇ। ਮਨਪ੍ਰੀਤ ਤੂੰ ਬੋਲ ਪਈ 80,000 ਲੱਗਿਆ ਹੋਇਆ ਜਣਾ ਖਣਾ ਨਹੀਂ ਲੈ ਸਕਦਾ। ਅੱਛਾ ਜੀ ਵਧੀਆ ਬਹੁਤ ਵਧੀਆ। ਉਹ ਵਧੀਆ ਤਾਂ ਸ਼ੁਰੂ ਤੋਂ ਹੀ ਹੈ। ਤੂੰ ਦੱਸ ਕਿਵੇਂ ਆ ਜ਼ਿੰਦਗੀ ਰੋੜੀ ਜਾਂਦੇ ਹੋ? ਅੱਛਾ ਅੱਛਾ
ਪੁੱਤ ਇਹ ਛੋਟੇ ਵਾਸਤੇ ਆ ਇਹ ਦੂਰੋਂ ਆਇਆ ਤੈਨੂੰ ਮੈਂ ਹੋਰ ਕਢਾ ਦਿੰਦੀ ਹਾਂ ਹੋਰ ਮਨਪ੍ਰੀਤ ਆ ਕਿਵੇਂ ਸ਼ੋਲ ਸ਼ੂਲ ਜਿਹਾ ਲਿਆ ਹੋਇਆ ਬੜੀ ਦੇਸੀ ਜੀ ਬਣ ਕੇ ਰਹਿਣ ਲੱਗੀ ਮਾੜਾ ਮੋਟਾ ਅਪਡੇਟ ਰਿਹਾ ਕਰ ਜੀਜਾ ਜੀ ਗੱਲ ਐ ਆ ਮੈਨੂੰ ਨਾ ਠੰਡ ਬਹੁਤ ਲੱਗਦੀ ਆ ਤਾਂ ਸ਼ੋਲ ਲੈ ਕੇ ਰੱਖਦੀ ਆ ਉਹ ਫਿਰ ਕੋਟ ਕੋਟ ਲੈ ਲੈ ਆ ਬੁੜੀਆ ਵਾਂਗੂ ਸ਼ੋਲ ਜਿਹਾ ਲੈ ਸ਼ੈਲੀ ਨੂੰ ਤਾਂ ਮੈਂ ਉਹੀ ਨਾ ਲੈਣ ਦੇਵਾਂ ਹਾਂ ਮਨਪ੍ਰੀਤ ਸਹੀ ਹੋਈ ਕਿਹਾ ਨਵੇਂ ਜਵਾਈ ਨੇ ਆ ਵਧੀਆ ਜਿਹਾ ਨਹੀਂ ਲੱਗਦਾ ਐਵੇਂ ਬਜ਼ੁਰਗ ਜੀ ਲੱਗਦੀ ਆ ਤੂੰ ਵਿਆਹ ਤੋਂ ਪਹਿਲਾਂ ਆਇਆ ਤਾਂ ਬਥੇਰਾ ਇਹ ਵੀ ਬਣ ਠੰਡ ਕੇ ਰਹਿੰਦੀ ਹੁੰਦੀ ਸੀ ਕਾਲਜ ਦੇ ਟਾਈਮ ਤੇ ਜੀਨ ਟੌਪ ਪਾ ਕੇ ਰੱਖਦੀ ਸੀ ਆਹੋ ਮੈਂ ਵੀ ਪਹਿਲਾਂ ਫੋਟੋਆਂ ਦੇਖੇ ਨੇ ਇਹਦੀਆਂ ਪਹਿਲਾਂ ਤਾਂ ਬਥੇਰੀ ਬਣ ਠੰਡ ਕੇ ਰਹਿੰਦੀ ਹੁੰਦੀ ਸੀ ਹਾਂ ਮਨਪ੍ਰੀਤ ਮੈਂ ਵੀ ਇਹਨਾਂ ਨੂੰ ਦੱਸਿਆ ਸੀ ਵੀ ਦੀਦੀ ਨਾ ਪਹਿਲਾਂ ਮੋਡਰਨ ਬਣ ਕੇ ਰਹਿੰਦੇ ਸੀ ਇਹ ਤਾਂ ਹੁਣੀ ਐਂ ਜੇ ਰਹਿਣ ਲੱਗ ਗਏ ਨਾ ਤਾਂ ਕੀ ਹੋ ਗਿਆ ਜੇ ਹੁਣੇ ਸੂਟ ਪਾਉਣ ਲੱਗ ਗਈ ਸੋਹਣੀ ਤਾਂ ਲੱਗਦੀ ਆ ਨਾ ਬੰਦਾ ਜਚਣਾ ਚਾਹੀਦਾ ਹੁੰਦਾ ਵਾ ਜ਼ਰੂਰੀ ਨਹੀਂ ਕਿ ਉਹ ਜੀਨ ਟੌਪ ਪਾਉਂਦਾ ਕਿ ਸੂਟ ਪਾਉਂਦਾ ਪ੍ਰਾਹੁਣਿਆ ਤੂੰ ਲੁਕ ਕਾਹਤੇ ਗਿਆ ਤੂੰ ਹੋਰ ਪਕੌੜੇ ਲੈ ਲੈ ਨਾਲ ਸੁੱਕੇ ਕਾਹਤੇ ਖਾਣਾ ਚਟਨੀ ਖਾ ਲਾ ਸਵਾਦ ਲੱਗਣਗੇ ਮੰਮੀ ਮੰਮੀ ਬਾਹਰ ਨਾ ਖੜਾਉਣੇ ਵਾਲਾ ਆਇਆ 20 ਰੁਪਏ ਦਿਓ ਮੈਂ ਖੜਾਉਣੇ ਲੈਣੇ ਨੇ ਪੁੱਤ ਹੁਣ ਕੀ ਕਰਨਾ ਖਿਡੌਣੇ ਮੈਂ ਤੈਨੂੰ ਕੱਲ ਨੂੰ ਲੈ ਕੇ ਦਊਂਗੀ ਮਿੰਦੋ ਭੈਣ ਤਾਂ ਕੀ ਆ ਉਹ ਜਵਾਕ ਖਿਡੌਣਾ ਮੰਗਦਾ ਉਹਨੂੰ ਲੈ ਲੈਣ ਦੋ ਕੋਈ ਨਾ ਆ ਜਾ ਪੁੱਤ ਮੈਂ ਤੈਨੂੰ ਦਿੰਨਾ ਪੈਸੇ ਜਾ ਲੈ ਆ ਖਿਡੌਣਾ ਜਾ ਉਹ ਖੜ ਜਾ ਉਹ 20 ਰੁਪਿਆਂ ਨਾਲ ਕੁੱਤਾ ਅੱਜ ਕੱਲ ਕੀ ਆਉਂਦਾ ਆ ਲੈ 500 ਰੁਪਿਆ 500 ਰੁਪਿਆ ਉਹ ਚੱਕ ਕਿੰਨੇ ਮਰਜ਼ੀ ਖਿਡੌਣੇ ਲੈ 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 ਪੁੱਤ ਤੇਰੇ ਨਵਾਂ ਫੁੱਫੜ ਦਿੰਦਾ ਪੈਸੇ ਠੀਕ ਹੈ ਬਾਲੇ ਦਿਲ ਦਰਿਆ ਪੁੱਤ ਤੇਰਾ ਤੂੰ ਜਵਾਕ ਨੂੰ 500 ਰੁਪਿਆ ਦੇਤਾ ਆਈ ਆ ਮੰਮੀ 2000 ਤਾਂ ਮੈਂ ਘਰੇ ਆਏ ਮੰਗ ਤੈਨੂੰ ਦੇ ਦਿੰਨਾ ਤੇ ਜਵਾਕ ਨੂੰ 20 ਰੁਪਏ ਦਿੰਦਾ ਮੈਂ ਚੰਗਾ ਜਾਂ ਨਹੀਂ ਲੱਗਦਾ ਸ਼ਰਮ ਜੀ ਆਉਂਦੀ ਹੈ ਹੋਰ ਦੱਸ ਸ਼ੈਲੀ ਪੁੱਤ ਕੀ ਕਰਦੀ ਹੁੰਨੀ ਹੈ ਬਸ ਮੰਮੀ ਉਹੀ ਰੁਟੀਨ ਵਰਕ ਤੇ ਘਰ ਦੇ ਥੋੜੇ ਬਹੁਤੇ ਕੰਮ ਉਹ ਤੂੰ ਦੱਸ ਦੇ ਡਾਈਟਿੰਗ ਕਰਦੀ ਹੈ ਨਾਲੇ ਸਾਰਾ ਦਿਨ ਐਕਸਰਸਾਈਜ਼ ਕਰਦੀ ਹੈ ਡਾਈਟਿੰਗ ਪਰ ਸ਼ੈਲੀ ਤੈਨੂੰ ਡਾਈਟਿੰਗ ਦੀ ਕੀ ਲੋੜ ਆ ਤੂੰ ਤਾਂ ਪਹਿਲਾਂ ਹੀ ਇੰਨਾ ਫਿੱਟ ਪਈ ਆ ਫਿੱਟ ਰੱਖਣੀ ਪੈਂਦੀ ਹੈ ਤਾਂ ਹੀ ਜਿੰਨਾ ਪੈਣਗੀਆਂ ਹੁਣ ਹਰੇਕ ਨੇ ਤਾਂ ਜੀਨ ਫਿੱਟ ਆਉਂਦੀ ਨਹੀਂ ਸੂਟ ਵਾਲਿਆਂ ਨੂੰ ਕੀ ਪਤਾ ਬ੍ਰਾਂਡਡ ਜੀਨਾਂ ਦੇ ਰੇਟ ਰੇਟ ਵੀ ਪਤਾ ਨੇ ਪਰ ਇਹਨੂੰ ਸੂਟ ਪਸੰਦ ਆ ਹਾਂ ਹਾਂ ਵਧੀਆ ਜਿਵੇਂ ਕਹਿੰਦਾ ਉਵੇਂ ਕਰਿਆ ਕਰ ਤੇਰੇ ਵੈਸੇ ਵੀ ਜੀਨ ਫਿੱਟ ਨਹੀਂ ਆਉਣੀ ਮੈਂ ਨਾ ਪਹਿਲਾਂ ਜੀਨਾਂ ਹੀ ਪਾਉਂਦੀ ਸੀ ਤੇ ਇਹਨੂੰ ਵੀ ਮੈਂ ਹੀ ਜੀਨਾਂ ਪਾਉਣ ਲਾਇਆ ਚੰਗਾ ਦੂਰੋਂ ਆਇਆ ਆਰਾਮ ਕਰ ਲਾਂ ਮੈਨੂੰ ਨਾ ਇਹਦੀ ਸਮਝ ਨਹੀਂ ਲੱਗਦੀ ਇਹਨੂੰ ਦਿੱਕਤ ਕੀ ਆ ਕਾਹਦੀ ਇੰਨੀ ਧੌਂਸ ਜੀ ਮਾਰਦਾ ਰਹਿੰਦਾ ਗੱਲ ਗੱਲ ਤੇ ਗੱਲਾਂ ਜੀਆਂ ਸੁਣਾਉਂਦਾ ਰਹਿੰਦਾ ਵਾ ਮੈਨੂੰ ਕੀ ਪਤਾ ਮੈਂ ਵੀ ਤਾਂ ਤੁਹਾਡੇ ਨਾਲ ਹੀ ਰਹਿੰਦੀ ਆ ਨਾਲ ਜੇ ਮੈਨੂੰ ਪਤਾ ਹੋਊ ਤਾਂ ਮੈਂ ਠੀਕ ਨਹੀਂ ਕਰ ਦੂੰ ਮੇਰਾ ਨਾ ਜਿਹੜਾ ਥੋੜਾ ਬਹੁਤ ਪਿਆਰ ਬਣਿਆ ਹੋਇਆ ਉਹ ਅਮਰ ਤੇ ਦੇਵ ਕਰਕੇ ਹੀ ਬਣਿਆ ਹੋਇਆ ਉਹਨਾਂ ਦਾ ਸੁਭਾਅ ਦੇਖ ਲੈ ਕਿੰਨਾ ਵਧੀਆ ਨਹੀਂ ਮੈਂ ਇੱਥੇ ਉੱਦਾਂ ਹੀ ਨਾ ਆਵਾਂ ਕਿਉਂ ਮੰਮੀ ਤੇ ਭਾਬੀ ਤੁਹਾਨੂੰ ਕੀ ਕਹਿੰਦੇ ਨੇ ਨਾ ਹੁਣ ਮੈਨੂੰ ਦੱਸਣਾ ਪਊਗਾ ਕਿ ਉਹ ਕੀ ਕਹਿੰਦੇ ਨੇ ਇੱਕ ਤਾਂ ਮੈਂ ਰਾਤ ਰੋਟੀ ਨਹੀਂ ਖਾਧੀ ਉੱਤੋਂ ਸਵੇਰੇ ਚਾਹ ਨੂੰ ਤਰਸਾ ਕੇ ਰੱਖਤਾ ਹੋਰ ਦੱਸਾਂ ਕਿੰਨਾ ਕੀ ਬਹੁਤ ਆ ਰਹਿਣ ਦੋ ਜੀ ਮੈਂ ਵੀ ਤਾਂ ਤੁਹਾਡੇ ਨਾਲ ਹੀ ਸੀ ਮੈਂ ਕਿਹੜਾ ਰਾਤ ਰੋਟੀ ਖਾਧੀ ਆ ਚੱਲ ਛੱਡ ਹੁਣ ਤੇ ਨਾਲੇ ਸੱਚ ਉਹ ਦੇਵ ਤੇ ਅਮਰ ਹੈ ਕਿੱਥੇ ਉਹ ਦਿਖੇ ਹੀ ਨਹੀਂ ਸਵੇਰ ਦੇ ਲੈ ਤੁਸੀਂ ਗੱਲ ਕਰਦੇ ਸੀ ਆ ਗਿਆ ਵੀਰਾ ਸਤਿ ਸ੍ਰੀ ਅਕਾਲ ਜੀਜਾ ਜੀ ਸਤਿ ਸ੍ਰੀ ਅਕਾਲ ਸਰ ਕੀ ਹਾਲ ਆ ਹੋਰ ਕਿੱਦਾਂ ਉਹ ਤੂੰ ਸਵੇਰ ਦਾ ਦਿਖਿਆ ਹੀ ਨਹੀਂ ਮੈਨੂੰ ਕਿੱਥੇ ਸੀਗਾ ਤੂੰ ਉਹ ਮੈਂ ਕਿੱਥੇ ਜਾਣਾ ਜੀਜਾ ਜੀ ਸੁੱਤੇ ਪਏ ਸੀ ਤੁਸੀਂ ਉਦੋਂ ਸਵੇਰ ਦਾ ਬਸ ਆਹੀ ਕੰਮ ਕਰਨ ਲੱਗਿਆ ਚਾਰ ਚਾਰ ਗੇੜੇ ਲਵਾਤੇ ਪਹਿਲੇ ਗੇੜੇ 'ਚ ਮੈਂ ਤੂੰ ਆਲੂ ਮੰਗਾਏ ਹੁਣ ਕਹਿੰਦੇ ਪਿਆਜ ਆ ਦੇਖਿਓ ਥੋੜ੍ਹੀ ਦੇਰ ਨੂੰ ਹੁਣ ਕਹਿਣਗੇ ਮੂਲੀਆਂ ਵੀ ਰਹਿ ਗਈਆਂ ਉਹ ਵੀ ਲਿਆ ਉਹ ਚੱਲ ਘਰ ਦੇ ਕੰਮ ਵੀ ਤਾਂ ਤੂੰ ਹੀ ਕਰਨੇ ਆ ਤਾਂ ਬਹਿ ਜਾ ਦੋ ਮਿੰਟ
ਹੋਰ ਦੱਸੋ ਜੀ ਜੈ ਜੀ, ਕਰ ਲਈ ਫਿਰ ਤਿਆਰੀ ਸ਼ਾਮ ਦੀ? ਤਿਆਰੀ? ਉਹ ਤਿਆਰੀ ਤੇਰੇ ਨਾਲ ਹੀ ਆ। ਤੇ ਨਾਲੇ ਉਹ ਅਮਰ ਕਿੱਥੇ ਆ? ਅਮਰ ਉਹ ਹੋਟਲ 'ਚ ਸੀਗਾ, ਛੋਟਾ ਪਰਾਉਣਾ ਆਇਆ ਨਾ, ਤਿੰਨ ਚਾਰ ਚੀਜ਼ਾਂ ਹੋਰ ਐਡ ਕਰਵਾਈਆਂ ਨੇ। ਚੱਲ ਵਧੀਆ ਵੀਰੇ, ਫਿਰ ਤਾਂ ਫਤਿਹ ਦਾ ਜਨਮਦਿਨ ਹੋਰ ਵੀ ਵਧੀਆ ਹੋ ਜੂ। ਵਧੀਆ ਤਾਂ ਤੁਹਾਡੇ ਨਾਲ ਹੀ ਆ ਭੈਣੇ। ਹੋਰ ਸੁਣਾਓ ਜੀ ਚਾਰੀ, ਕੰਮ ਕਾਰ ਕਿਵੇਂ ਚੱਲਦਾ? ਉਹ ਕੰਮ ਵਧੀਆ ਚੱਲੀ ਜਾਂਦਾ, ਤੂੰ ਸੁਣਾ ਹੋਰ, ਫੈਕਟਰੀ ਕਿਵੇਂ ਚੱਲਦੀ ਆ? ਫੈਕਟਰੀ ਤਾਂ ਵਧੀਆ ਜੀ ਜੀ, ਕੰਮ ਪਿਆ, ਲੇਬਰ ਮਿਲਦੀ ਨੀ, ਜਿੰਨੀ ਲੇਬਰ ਆ ਸਾਰੀ ਜਾਈ ਜਾਂਦੀ ਆ ਪਿੰਡਾਂ ਨੂੰ। ਚੱਲ ਕੋਈ ਨਾ, ਆ ਜੂਗੀ ਲੇਬਰ ਵੀ। ਵੀਰੇ ਤੁਸੀਂ ਥੋੜਾ ਉਧਰ ਜਾ ਕੇ ਮਿਲਿਓ, ਨਹੀਂ ਤਾਂ ਤੁਹਾਡੇ ਤੇ ਚੜ ਜਾਣਗੇ। ਉਹ ਮਿਲ ਲੈਣਾ ਉਧਰ ਵੀ, ਪਹਿਲਾਂ ਜੀਜੇ ਨੂੰ ਤਾਂ ਮਿਲਣਾ, ਆਪਣੇ ਨੂੰ, ਵੱਡੇ ਨੂੰ। ਉਹ ਮੇਰੀ ਤਾਂ ਕੋਈ ਗੱਲ ਨੀ, ਸਰਜੂਗਾ ਮੇਰਾ, ਤੂੰ ਉਹਨੂੰ ਮਿਲ ਲਾ, ਉਹਦਾ ਨਾ ਮੂੰਹ ਮੋਟਾ ਹੋ ਜੇ ਕਿਤੇ। ਅੱਛਾ ਮਿਲ ਲੈਣਾ, ਆਇਆ ਮੈਂ ਫਿਰ। ਆਹ ਭੈਣੇ ਦੇਦੀ ਹੈ ਅੰਦਰ। ਚੰਗਾ ਦੇਖ ਲਾ, ਆ ਵੀ ਤਾਂ ਮਿਲਿਆ ਹੀ ਆ, ਤਾਂ ਹੀ ਤੈਨੂੰ ਕਿਹਾ ਸੀਗਾ ਵੀ ਇਹ ਘਰ ਚੋਂ ਦੋ ਬੰਦਿਆਂ ਦਾ ਸੁਭਾਅ ਵਧੀਆ ਲੱਗਦਾ ਮੈਨੂੰ, ਅਮਰ ਤੇ ਦੇਵ। ਕਿਉਂ ਪੈਂਦਾ ਫਿਰ ਰੋਵ? ਹਾਂਜੀ ਹਾਂਜੀ ਸਸਿਆ ਜੀ ਜੀ, ਹੋਰ ਭੈਣੇ ਕੀ ਹਾਲ ਆ? ਹੋਰ ਜੀਜੇ ਜੀ ਕਦੋਂ ਗਏ ਤੁਸੀਂ? ਉਹ ਮੈਨੂੰ ਤਾਂ ਆਏ 2 ਘੰਟੇ ਹੋ ਗਏ, ਤੂੰ ਹੀ ਹੁਣ ਆਇਆ? ਉਹ ਜ਼ਰੂਰੀ ਕੰਮ ਸੀਗਾ ਜੀਜੇ ਜੀ ਘਰ ਦੇ, ਬਸ ਉਹੀ ਮੈਂ ਪੇੜਦਾ ਫਿਰਦਾ ਸੀ ਜੀ ਮੈਂ। ਨਾ ਇਹੋ ਜਿਹਾ ਕਿਹੜਾ ਜ਼ਰੂਰੀ ਕੰਮ ਸੀ, ਜਿਹੜਾ ਪਰਾਉਣੇ ਤੋਂ ਜ਼ਰੂਰੀ ਹੋ ਗਿਆ। ਜੀਜੇ ਤੁਸੀਂ ਵੀ ਨਾ ਬੜਾ ਮਜ਼ਾਕ ਕਰਦੇ ਹੋ। ਨਾ ਮਜ਼ਾਕ ਕਰਨ ਨੂੰ ਤੂੰ ਮੇਰੀ ਸਾਲੀ ਹੈ, ਤੂੰ ਸਾਲ ਹੈ ਮੇਰਾ, ਹੱਦ ਚ ਰਹਿ। ਨਾਲੇ ਗੱਲ ਸੁਣ। ਹਾਂਜੀ। ਦਿਨੇ ਤਾਂ ਮੈਂ ਸਾਰ ਲੈਣਾ, ਪਰ ਸ਼ਾਮ ਦਾ ਨੀ ਮਿੱਤੋ ਸਰਦਾ, ਇੰਤਜ਼ਾਮ ਕਰਕੇ ਰੱਖੀ। ਜੀਜਾ ਜੀ ਪ੍ਰੋਗਰਾਮ ਤਾਂ ਵੈਸ਼ਨੂੰ ਆ ਜੀ ਆਪਣਾ, ਇੰਤਜ਼ਾਮ ਚੰਗਾ ਜਾ ਨੀ ਲੱਗਦਾ। ਇੰਤਜ਼ਾਮ ਤੋਂ ਬਗੈਰ ਮੈਨੂੰ ਨੀ ਪ੍ਰੋਗਰਾਮ ਤੁਹਾਡਾ ਚੰਗਾ ਲੱਗਦਾ, ਜੇ ਕਹੇ ਤਾਂ ਵਾਪਸ ਮੁੜ ਜਾ। ਨਹੀਂ ਨਹੀਂ ਜੀਜਾ ਜੀ, ਇੱਦਾਂ ਦੀ ਕਿਹੜੀ ਗੱਲ ਆ, ਮੈਂ ਗੱਡੀ 'ਚ ਲਿਆ ਕੇ ਰੱਖ ਦੂੰਗਾ, ਉੱਥੇ ਕਰ ਲਿਓ। ਓਏ ਤੂੰ ਸਮਝਦਾ ਕੀ ਹੈ, ਜਿੱਥੇ ਪ੍ਰੋਗਰਾਮ ਹੈ ਨਾ ਉੱਥੇ ਕਮਰਾ ਬੁੱਕ ਕਰਾ, ਉੱਥੇ ਕਰ ਇੰਤਜ਼ਾਮ। ਠੀਕ ਹੈ ਜੀ। ਆ ਜਾ ਮੰਮੀ, ਬਸ 2 ਵਜੇ ਨੇ, ਮੇਰੇ ਤਾਂ ਬਸ ਹੋ ਗਈ। ਆ ਜਾ ਯਾਰ, ਆਪਾਂ ਕੱਲ ਦੇ ਆਏ ਹੋਏ ਆ, ਇੱਥੇ ਬੈਠੇ ਆ ਬਾਹਰ, ਤੇ ਇਹਨਾਂ ਨੂੰ ਆਹ ਕਮਰਾ ਵੀ ਦੇਤਾ। ਹੁਣ ਮੈਂ ਕੀ ਕਹਾਂ ਤੁਹਾਨੂੰ? ਨਾ ਕਹਿਣ ਦੀ ਲੋੜ ਵੀ ਕੀ ਆ, ਮੈਨੂੰ ਕਿਤੇ ਦੀਂਦਾ ਨੀ, ਆਪਣੀ ਵਾਰੀ ਤਾਂ ਸਾਰੇ ਕਮਰੇ ਸਮਾਨ ਨਾਲ ਭਰੇ ਪਏ ਆ, ਤੇ ਇਹਨਾਂ ਵਾਰੀ ਸਾਰਾ ਸਮਾਨ ਬਾਹਰ ਨਿਕਲ ਕੇ ਕਮਰੇ ਖਾਲੀ ਵੀ ਹੋ ਗਏ। ਚੱਲ ਕੋਈ ਨਾ, ਮੰਮੀ ਉਹਨਾਂ ਦੀ ਮਜਬੂਰੀ ਹੋਣੀ ਆ, ਨਵਾਂ ਜਵਾਈ ਆ ਨਾ, ਉਹਦੇ ਕਰਕੇ ਸਾਰਾ ਕੁਛ ਦੇਖਣਾ ਪੈਂਦਾ। ਆਹੋ ਦੇਖਣਾ ਪੈਂਦਾ ਸਾਰਾ ਕੁਛ, ਉਹ ਸਾਰਾ ਕੁਛ ਹੀ ਤਾਂ ਦੇਖਦੇ ਨੀ, ਉਹਨੂੰ ਹੀ ਦੇਖਣ ਤੇ ਲੱਗੇ ਹੋਏ ਆ। ਮੇਰੀ ਗੱਲ ਸੁਣੋ, ਤੁਸੀਂ ਤਾਂ ਸਮਝਦਾਰ ਹੋ ਨਾ, ਨਾਲੇ ਤੁਹਾਨੂੰ ਉਹਦੇ ਸੁਭਾਅ ਦਾ ਵੀ ਪਤਾ, ਸ਼ੈਲੀ ਖਾਤਰ ਆਪਾਂ ਨੂੰ ਸਾਰਾ ਕੁਛ ਕਰਨਾ ਪੈਣਾ ਵੀ ਆਪਣੀ ਕੁੜੀ ਨੂੰ ਖੁਸ਼ ਰੱਖੇ। ਉਹ ਮੈਂ ਵੀ ਉਹਦੇ ਕਰਕੇ ਹੀ ਚੁੱਪ ਆ, ਅੰਨੀ ਇਹੋ ਜਿਹੇ ਨੂੰ ਮੇਰੀ ਜੁੱਤੀ ਨਾ ਸਿਆਣੇ। ਉਹ ਹੌਲੀ ਬੋਲੋ, ਕਿਤੇ ਸੁਣ ਨਾ ਲਵੇ। ਜੇ ਸੁਣਦਾ ਨਾ ਸੁਣੀ ਜਾਵੇ, ਡਰ ਨੀ ਮਾਰਿਆ ਮੈਂ ਉਹਦਾ, ਉਹ ਇਸ ਘਰ ਦਾ ਛੋਟਾ ਜਵਾਈ ਆ ਤੇ ਮੈਂ ਵੱਡਾ। ਹਾਂਜੀ ਹੈਗੇ ਤੁਸੀਂ ਵੱਡੇ, ਹੁਣ ਵੱਡੇ ਹੋਣ ਦਾ ਫਰਜ਼ ਵੀ ਨਿਭਾਓ, ਚੁੱਪ ਕਰ ਜੋ। ਉਹ ਕੱਲ ਦਾ ਚੁੱਪ ਹੀ ਆ, ਆ ਤਾਲਾ ਲਾ ਦੇ ਮੂੰਹ ਨੂੰ, ਚੁੱਪ ਕਰ ਜੋ। ਕੱਪੜੇ ਪ੍ਰੈਸ ਹੋ ਰਹੇ ਨੇ ਫਿਰ ਹੈ? ਹਾਂਜੀ ਜੀਜੇ ਬਸ ਲੱਗੀ ਹੋਈ ਆ। ਚੱਲ ਫਿਰ ਇੱਕ ਸ਼ਰਟ ਮੇਰੀ ਵੀ ਪ੍ਰੈਸ ਕਰ ਦੇ। ਹਾਂਜੀ ਰੱਖ ਦੋ ਜੀਜੇ ਜੀ, ਇਹ ਤੋਂ ਬਾਅਦ ਮੈਂ ਕਰ ਦਿੰਦੀ ਆ। ਇਹ ਤੋਂ ਬਾਅਦ ਨਹੀਂ, ਪਹਿਲਾਂ ਮੇਰੀ ਕਰ, ਨਹਾਉਣ ਚੱਲੇ ਆ।
ਆਉਂਦੇ ਨੂੰ ਪ੍ਰੈਸ ਹੋਵੇ। ਮਨਪ੍ਰੀਤ। ਹਾਂਜੀ। ਉਰੇ ਆਈ, ਇੱਕ ਮਿੰਟ ਗੱਲ ਸੁਣੀ ਮੇਰੀ। ਆਈ। हाँ रब्बा, आ मेथों की हो गया, हुण मैं की करूंगी। जीजे, मैं जान के नहीं किता। जान के नहीं किता? तेनू तो मैं दसदा। मम्मी, शैली, उरे आओ सारे जने। की गल हो गई है पुत्त? की हो गया जी? बोल तो सही पुत, इन्ना गुस्सा का तो चढ़ाया, की गल हो गई? मम्मी, प्रेस लग गई, मैं तो बस 2 मिनट अंदर ही गई सी। मैनू माफ कर दो जीजे, मैं जान के नहीं किता। प्रेस लाती? चल कोई ना पुत, तेरे को तो होर शर्टा बथेरिया ने, तू ओना च पा ली। आए कि मैं पाला होर शर्ट? ਇਹ ਸ਼ਰਟ ਨਾ ਮੈਂ ਆਪ ਜਾ ਕੇ ਸਪੈਸ਼ਲ ਲੈ ਕੇ ਆਇਆ ਸੀ ਤੁਹਾਡੇ ਫੰਕਸ਼ਨ ਤੇ ਪਾਉਣ ਵਾਸਤੇ। ਉਹ ਚਲੋ ਕੋਈ ਗੱਲ ਨਹੀਂ ਜੀਜਾ ਜੀ, ਫੇਰ ਕੀ ਹੋ ਗਿਆ? ਸ਼ਰਟ ਹੀ ਆ, ਆਪਾਂ ਜਾ ਕੇ ਨਵੀਂ ਲੈ ਆਉਂਦੇ ਆ। ਹਾਂ ਠੀਕ ਆ ਦੇਵ, ਤੂੰ ਨਵੀਂ ਲਿਆ ਸ਼ਰਟ, ਪੈਸੇ ਮੇਰੇ ਤੋਂ ਲੈ ਜੀ। ਤੂੰ ਲੈ ਕੇ ਦੇਵੇਂਗਾ ਮੈਨੂੰ ਸ਼ਰਟ? ਹੈ ਔਕਾਤ ਹੈਗੀ ਆ ਤੇਰੀ ਨਵੀਂ ਸ਼ਰਟ ਲੈ ਕੇ ਦੇਣ ਦੀ? ਉਹ ਤੇ ਤੋ ਆਪ ਤੋਂ ਤਾਂ ਟੁੱਟੇ ਜਿਹੇ ਸਕੂਟਰ 'ਚ ਤੇਲ ਨਹੀਂ ਪੂਰਾ ਹੁੰਦਾ, ਤੂੰ ਮੈਨੂੰ ਸ਼ਰਟ ਕਿੱਥੋਂ ਲੈ ਦੇਗਾ? ਕੋਈ ਨਾ ਜੀ, ਤੁਹਾਡੀਆਂ ਸਾਰੀਆਂ ਸ਼ਰਟਾਂ ਵਧੀਆ ਨੇ, ਤੁਸੀਂ ਉਹਨਾਂ 'ਚ ਕੋਈ ਪਾ ਲਓ। ਆਪਣਾ ਮੂੰਹ ਨਾ ਬੰਦ ਰੱਖ, ਮੈਂ ਗੱਲ ਕਰਦਾ ਪਿਆ ਨਾ। ਤੈਨੂੰ ਵਿੱਚ ਬੋਲਣ ਦੀ ਕੋਈ ਲੋੜ ਨਹੀਂ। ਨਹੀਂ, ਮੈਂ ਤਾਂ ਬਸ ਚੁੱਪ, ਮਤਲਬ ਬਿਲਕੁਲ ਚੁੱਪ। ਜੀਜਾ ਜੀ, ਆਪਾਂ ਬਾਜ਼ਾਰੋਂ ਚੱਲ ਕੇ ਨਵੀਂ ਸ਼ਰਟ ਲਿਆਉਂਦੇ ਆ, ਇੰਨਾ ਟਾਈਮ ਲੱਗਣਾ ਨਹੀਂ। ਉਹ ਤੇਰੇ ਗੱਲ ਖਾਣੀ ਨਹੀਂ ਪੈਂਦੀ, ਜਦ ਤੈਨੂੰ ਮੈਂ ਕਹਿਣਾ ਆਪ ਜਾ ਕੇ ਲੈ ਕੇ ਆਇਆ ਸੀ ਮੈਂ ਸ਼ਰਟ ਮੋਲ ਚੋਂ, ਮੇਰੇ ਗਏ ਦਾ ਕੋਈ ਮੁੱਲ ਨਹੀਂ। ਜੀਜਾ ਜੀ, ਮੈਂ ਜਾਣ ਕੇ ਨਹੀਂ ਸਾੜੀ, ਉਹ ਤਾਂ ਮੈਨੂੰ ਇਹਨਾਂ ਨੇ ਆਵਾਜ਼ ਮਾਰ ਲਈ ਸੀ, ਮੈਂ ਪ੍ਰੈਸ ਰੱਖ ਕੇ ਭੁੱਲ ਗਈ। ਪ੍ਰੈਸ ਰੱਖਣ ਤੋਂ ਪਹਿਲਾਂ ਇਹ ਤਾਂ ਸੋਚ ਲੈਂਦੀ ਵੀ ਇਹ ਸ਼ਰਟ ਕੀ ਦੀ ਹੈ, ਆਵਾਜ਼ ਮਾਰ ਨੂੰ ਇਹ ਡੀਸੀ ਲੱਗਿਆ ਹੋਇਆ। ਮਲੰਗ ਜੇ ਬੰਦੇ ਪਿੱਛੇ ਮੇਰੀ 2500 ਦੀ ਸ਼ਰਟ ਸਾੜਦੀ ਨਾ। ਕੀ ਦੇਖ ਲਿਆ ਤੂੰ ਮੇਰਾ ਮਲੰਗ ਪੁਣਾ? ਤੇਰੇ ਤੋਂ ਮੰਗਣਾ ਆਇਆ ਮੈਂ ਕਦੇ ਕੁਛ? ਆਪਣੀ ਮਿਹਨਤ ਦੀ ਕਮਾਈ ਖਾਂਦਾ ਮੈਂ, ਕਿਸੇ ਅੱਗੇ ਹੱਥ ਨਹੀਂ ਅੱਡਦੇ, ਚਾਹੇ ਅੱਧੀ ਰੋਟੀ ਖਾਈਏ। ਜਿੱਦਾਂ ਹੀ ਚਲੋ ਤੁਸੀਂ। ਉਹ ਜੇ ਹੱਥ ਅੱਡ ਵੀ ਲਵੋਗੇ ਫੇਰ ਕਿਹੜਾ ਤੁਹਾਨੂੰ ਕਿਸੇ ਨੇ ਕੁਛ ਦੇਣਾ? ਦੇਣ ਵਾਲਾ ਵੀ ਨਾ ਔਕਾਤ ਦੇਖ ਕੇ ਦਿੰਦਾ। ਬੇ ਪੁੱਤ, ਤੁਸੀਂ ਕਿਉਂ ਲੜੀ ਜਾਂਦੇ ਹੋ? ਨਿੱਕੀ ਜੀ ਗੱਲ ਆ ਜਿਹਦਾ ਤੁਸੀਂ ਪਹਾੜ ਬਣਾ ਕੇ ਬਹਿ ਗਏ। ਛੱਡੋ ਜੀਜਾ ਜੀ, ਮੈਂ ਵੀ ਮੰਮੀ ਆਹੀ ਗੱਲ ਕਹਿਣਾ ਪਿਆ ਵੀ ਨਿੱਕੀ ਜੀ ਗੱਲ ਆ, ਨਾਲੇ ਤੁਸੀਂ ਅੰਦਰ ਜਾਓ, ਉਹੀ ਨਾ ਬਲੱਡ ਵਧਾ ਲਿਓ। ਉਹ ਮੈਂ ਕਿਵੇਂ ਅੰਦਰ ਚਲੀ ਜਾਵਾਂ ਜਿਹਦੇ ਦੋਨੇ ਜਵਾਈ ਆਪਸ ਚ ਲੜਦੇ ਹੋਣ? ਮੰਮੀ, ਅਸੀਂ ਲੜਦੇ ਨਹੀਂ ਪਏ। ਦੇਖ ਛੋਟੇ ਵੀਰ, ਮੈਂ ਨਾ ਬਹੁਤ ਦਿਨਾਂ ਦਾ ਤੈਨੂੰ ਦੇਖਦਾ ਪਿਆ, ਤੂੰ ਮੇਰੀ ਚੁੱਪ ਨੂੰ ਨਾ ਮੇਰੀ ਮਜਬੂਰੀ ਨਾ ਸਮਝ। ਚੁੱਪ? ਉਹ ਚੁੱਪ ਤਾਂ ਮੈਂ ਆ, ਜੇ ਮੈਂ ਆਪਦੀ ਆਈ ਤੇ ਆ ਗਿਆ ਨਾ ਫਿਰ ਹਿਸਾਬ ਲਾ ਲਈ। ਸ਼ੈਲੀ, ਕੀ ਹੋ ਗਿਆ? ਕੁਛ ਨਹੀਂ, ਮਨਪ੍ਰੀਤ ਦੀਦੀ ਤੋਂ ਨਾ ਇਹਨਾਂ ਦੀ ਸ਼ਰਟ ਸੜ ਗਈ ਤਾਂ ਕਰਕੇ ਬੋਲਦੇ ਪਏ ਆ। ਵੀਰ ਜੀ, ਤੁਸੀਂ ਤਾਂ ਸਿਆਣੇ ਹੋ ਨਾ, ਇੰਨੀ ਕੁ ਗੱਲ ਪਿੱਛੇ ਕਿਉਂ ਕਲੇਸ਼ ਪਾਉਣਾ? ਉਹ ਕਿਉਂ ਨਾ ਕਰਾਂ ਮੈਂ ਕਲੇਸ਼, ਮੇਰਾ ਨੁਕਸਾਨ ਕਰਾ ਕੇ ਦੱਸਤਾ, 2500 ਦੀ ਸ਼ਰਟ ਸੀ, ਉਹ ਉੱਤੋਂ ਦੀ ਇਹ ਮੇਰੇ ਤੇ ਅਹਿਸਾਨ ਕਰਦਾ, ਕਹਿੰਦਾ ਮੈਂ ਲੈ ਕੇ ਦਿੰਦਾ ਤੈਨੂੰ ਸ਼ਰਟ। ਉਹ ਕੋਈ ਇਹਨੂੰ ਸਮਝਾਓ
2500 ते 2500 रुपया दे विच फर्क हुंदा है। आहो तेरे दा ट्राले चलदे ना ट्रंटो दे विच, किड्डा खजाना तेरे कोले, उही सिर चढ़ी जाना वा। तुसी क्यों बोली जाने हो जीजा जी, मैं मानदी तां हैगी आ वी मेरे तो गलती हो गई, तुसी चुप कर जो। ना ऐ किवें चुप कर जा, आ कल दा लगा मैनू नीचा दिखाण, मैं तां नौकर आ, गल्लां सुनाई जांदा मिंट मिंट बाद। ओ तेरे वर्गे नूं असीं नौकर वी नहीं रखदे, है नहीं एडी गल बात कोई तेरे च। पुत आह कहे जे गल्ला करी जाने हो, आज तो तुसी फंक्शन दे हो ते आपस च लड़ी जाने हो। मैनू आए दस दो मेरी गलती है किथे है, जे मैनू पता हुंदा ना ते दिमाग च घा फूस भरया, मैनू बुझड़ नूं वी ना दिंदा इन्नी महंगी शर्ट प्रेस करन नूं। ना की बुझड़ बुझड़ ला रख्या तू, हिसाब नाल गल कर, घर वाली आ मेरी, अच्छा कोई तेरे घर दी नौकर नहीं हैगी। ਵੀਰ ਜੀ ਤੁਸੀਂ ਵੀ ਚੁੱਪ ਕਰ ਜਾਓ, 50 ਵਾਰ ਤੁਹਾਨੂੰ ਕਹਿਤਾ ਵੀ ਚੁੱਪ ਕਰ ਜਾਓ ਗੱਲ ਨਾ ਵਧਾਓ, ਤੁਸੀਂ ਬੋਲੀ ਵੀ ਜਾਂਦੇ ਹੋ ਹੜਦੇ ਹੀ ਨਹੀਂ। ਨਾ ਭੈਣੇ ਇਹਨੂੰ ਤਾਂ ਤੁਸੀਂ ਕੁਝ ਕਹਿੰਦੇ ਨਹੀਂ, ਆ ਮਨਪ੍ਰੀਤ ਨੂੰ ਕੀ ਬੋਲੀ ਜਾਂਦਾ, ਮੈਂ ਨਹੀਂ ਸਹਿ ਸਕਦਾ ਇਹ ਕੁਝ। ਜੀਜਾ ਜੀ ਤੁਸੀਂ ਚੁੱਪ ਕਰ ਜਾਓ, ਠੰਡੇ ਰਹੋ, ਸ਼ਰਟ ਦੀ ਹੋਈ ਗੱਲ ਆ, ਕਿੰਨੀ ਕੀ ਗੱਲ ਆ, ਤੁਸੀਂ ਮੇਰੇ ਨਾਲ ਚੱਲੋ, ਤੁਹਾਨੂੰ ਮੈਂ ਦਵਾ ਲਿਆਉਣਾ, ਭਾਵੇਂ 3 ਲੈ ਜਾਓ। ਨਾ 3 ਸ਼ਰਟਾਂ ਨੂੰ ਤੂੰ ਮੈਨੂੰ ਲਾਲਚ ਦਿੰਦਾ, ਮੰਗਤਾ ਨਹੀਂ ਹੈਗਾ ਮੈਂ, ਜਿਹੜਾ ਜਵਾਕਾਂ ਵਾਂਗੂ ਮੈਨੂੰ ਟਰਕਾਉਣ ਲੱਗਿਆ ਪਿਆ। ਦੇਵ ਕਿਉਂ ਆਪਣੇ ਜੀਜੇ ਨਾਲ ਬਹਿਸ ਕਰੀ ਜਾਂਦਾ, ਚੁੱਪ ਨਹੀਂ ਕਰ ਹੁੰਦਾ ਤੇਤੋਂ। ਮੰਮੀ ਮੈਨੂੰ ਚੁੱਪ ਹੋਣ ਨੂੰ ਕਹੀ ਜਾਂਦੇ ਹੋ, ਲੜਦੇ ਤਾਂ ਦੋਨੇ ਜੀਜੇ ਪਏ ਨੇ, ਮੈਂ ਤਾਂ ਇਹਨਾਂ ਨੂੰ ਚੁੱਪ ਕਰਾਉਣ ਤੇ ਲੱਗਿਆ ਹੋਇਆ। ਤੂੰ ਇਹੀ ਚਾਹੁੰਦਾ ਨਾ ਮੈਂ ਚੁੱਪ ਕਰ ਜਾਂ? ਹਾਂਜੀ ਹੋ ਜਾਂਦਾ। ਬਸ ਠੀਕ ਆ ਫਿਰ ਜੀਜਾ ਜੀ, ਲੜਾਈ ਖਤਮ। ਆਏ ਕਿਵੇਂ ਖਤਮ? ਇੱਕ ਸ਼ਰਤ ਹੈ, ਇਹਨਾਂ ਨੂੰ ਕਹਿ ਮੇਰੀਆਂ ਅੱਖਾਂ ਤੋਂ ਦੂਰ ਹੋ ਜਾਣ। ਮੈਂ ਜੀਜੇ ਮੇਰੀ ਗੱਲ ਸੁਣ ਜੀ, ਦੋਨੇ ਹੀ ਇੱਕ ਦੂਜੇ ਦੀ ਅੱਖਾਂ ਤੋਂ ਦੂਰ ਹੋ ਜਾਓ, ਇੱਕ ਦੂਜੇ ਦੀਆਂ ਅੱਖਾਂ ਮੂਹਰੇ ਆਓ ਹੀ ਨਾ। ਚੱਲ ਮੈਂ ਪਿੱਤੂ, ਚੱਲ ਚਲੋ ਜੀ, ਚੱਲ ਚੱਲ। ਬੈਠੋ ਉਰੇ, ਬੈਠੋ ਇੱਥੇ, ਬੈਠੋ ਠੰਡੇ ਹੋ ਜਾਓ। ਉਹ ਯਾਰ ਕੀ ਬੈਠਾ ਯਾਰ, ਤੁਸੀਂ ਸਾਨੂੰ ਬੁਲਾ ਕੇ ਇੱਥੇ ਸਾਡੀ ਲਾਹ ਪਾ ਕਰਾਈ ਜਾਂਦੇ ਹੋ, ਸਭ ਤਾਂ ਇੱਥੇ ਉੱਠਣਾ ਬੈਠਣਾ ਔਖਾ ਹੋਇਆ ਪਿਆ। ਜਿੱਦਾਂ ਅਸੀਂ ਨਾ ਚਲੇ ਹੀ ਜਾਂਦੇ ਆ, ਹੁਣ ਤਾਂ ਮੇਰੀ ਵੀ ਬੱਸ ਹੋ ਗਈ। ਓਏ ਹੈ ਕਮਲੀ, ਹੈ ਐ ਕਿਵੇਂ ਚਲੇ ਜਾਂਦੇ ਹੋ? ਤੁਸੀਂ ਮੇਰੇ ਕੋਲੇ ਆਏ ਹੋ, ਮੇਰੇ ਘਰੇ ਆਏ ਹੋ, ਮੈਂ ਬੁਲਾਇਆ ਤੁਹਾਨੂੰ, ਐ ਮੈਂ ਜਾਣ ਦੇ ਦੂੰਗਾ? ਉਹ ਇਦੋਂ ਵਧੀਆ ਤਾਂ ਅਸੀਂ ਸਿੱਧਾ ਪੈਲਸ 'ਚ ਹੀ ਪਹੁੰਚ ਜਾਂਦੇ, ਬੁਲਾ ਕੇ ਇੱਥੇ ਬੜੀ ਜਿਵੇਂ ਸਾਡੀ ਇੱਜ਼ਤ ਹੁੰਦੀ ਪਈ ਆ, ਇੱਕ ਚਾਹ ਨੂੰ ਤਾਂ ਇੱਥੇ ਤਰਸਣਾ ਪੈਂਦਾ ਵਾ। ਜੀਜਾ ਜੀ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ, ਹੈ ਉਹ ਤੁਹਾਨੂੰ ਪਤਾ ਨਾ ਉਹ ਫੁਕਰਾ ਬੰਦਾ, ਮੈਂ ਤਾਂ ਆਪ ਦੁਖੀ ਹੋਇਆ ਪਿਆ ਉਹਦੇ ਤੋਂ, ਉਹਦਾ ਗੁੱਸਾ ਤੁਸੀਂ ਮੇਰੇ ਤੇ ਕਾਹਤੇ ਲਈ ਜਾਂਦੇ ਹੋ, ਫੰਕਸ਼ਨ ਤੇ ਕਾਹਤੇ ਲਈ ਜਾਂਦੇ ਹੋ? ਮੈਂ ਤਾਂ ਆਪ ਨਹੀਂ ਉਹਨੂੰ ਬੁਲਾ ਕੇ ਰਾਜੀ, ਤੁਹਾਡੇ ਸਾਹਮਣੇ ਹੀ ਆ, ਦੇਖਿਆ ਨੀ ਕਿਵੇਂ ਬੋਲਦਾ ਸੀ ਮੈਨੂੰ। ਚੱਲ ਕੋਈ ਨਾ ਵੀਰੇ, ਬੋਲਣ ਨੂੰ ਤਾਂ ਸਾਰੇ ਹੀ ਬੋਲ ਪੈਣ, ਅਸੀਂ ਤਾਂ ਸ਼ਾਲੀ ਦੇ ਮੂੰਹ ਨੂੰ ਚੁੱਪ ਆ। ਉਹ ਪਰ ਇੰਨਾ ਕਿੰਨਾ ਕਿ ਅਸੀਂ ਚੁੱਪ ਬੈਠੇ ਰਹਾਂਗੇ, ਉਹ ਯਾਰ ਮਲੰਗ ਤੋਂ ਬਿਨਾਂ ਗੱਲ ਹੀ ਨਹੀਂ ਕਰਦਾ ਉਹ। ਉਹ ਯਾਰ ਛੱਡੋ ਜੀਜਾ ਜੀ, ਤੁਸੀਂ ਤਾਂ ਸਮਝਦਾਰ ਹੋ, ਕਿਉਂ ਆਪਣਾ ਮੂਡ ਖਰਾਬ ਕੀਤਾ? ਉਹ ਮਾੜਾ ਜਿਹਾ ਜਿਹਦਾ ਮੂਡ ਮਾਰ ਸੈੱਟ ਕਰ, ਮੂਡ ਮਾਰ ਸੈੱਟ ਕਰੋ, ਸਮਾਈਲ ਲੈ ਕੇ ਆਓ, ਆਪਾਂ ਫਿਰ ਪਹੁੰਚਣਾ ਵੀ ਆ ਫੰਕਸ਼ਨ ਤੇ। ਕੋਈ ਨਾ ਵੀਰੇ, ਮੂਡ ਸੈੱਟ ਹੋਣ ਨੂੰ ਥੋੜਾ ਜਿਹਾ ਟਾਈਮ ਲੱਗੂਗਾ, ਹੋ ਜਾਂਦੇ ਆ ਤਿਆਰ। ਇੱਜ਼ਤ ਰੱਖ ਲੈ ਮੇਰੀ, ਮੈਂ ਕਲੇਸ਼ ਤੋਂ ਬਹੁਤ ਡਰਦਾ ਜੀਜਾ ਜੀ, ਸੈੱਟ ਕੇ ਹੋ ਜਾਓ ਹੁਣ, ਠੀਕ ਹੈ ਨਾ, ਨਾਲੇ ਦਿਮਾਗ ਤੇ ਜ਼ਿਆਦਾ ਜ਼ੋਰ ਨਾ ਪਾਓ, ਤਿਆਰੀਆਂ ਕਰੋ। ਕੋਈ ਨਾ ਯਾਰ ਦੇਵ, ਹੋ ਜਾਂਦੇ ਆ ਤਿਆਰ। ਆਹ ਬਣੀ ਨਾ ਗੱਲ ਜੀਜਾ ਜੀ, ਤਿਆਰ ਹੋ, ਮੈਂ ਉਹਨੂੰ ਦੇਖਦਾ ਪਤੰਦਰ ਨੂੰ, ਪਤਾ ਨਹੀਂ ਕਿਹੜਾ ਸੱਪ ਕੱਢੀ ਬੈਠਾ ਹੋਣਾ ਮੂੰਹ ਫੁਲਾ ਕੇ, ਦੇਖਾਂ ਮੈਂ ਕੀ ਕਹਿੰਦਾ। ਹੋ ਜਾ ਭੈਣੇ ਤਿਆਰ ਹੋ ਜਾ, ਹੈ ਤੇ ਤੂੰ ਮੈਨੂੰ ਦੱਸ, ਤੈਨੂੰ ਉਹਦੀ ਸ਼ਰਟ ਫੜਨ ਦੀ ਕੀ ਲੋੜ ਸੀਗੀ? ਕਰ ਲਈ ਪ੍ਰੈਸ ਹੁਣ ਸ਼ਰਟ ਉਹਦੀ? ਮੈਂ ਥੋੜੀ ਫੜੀ ਸੀਗੀ ਸ਼ਰਟ, ਉਹ ਤਾਂ ਮੈਂ ਆਪਣੇ ਕੱਪੜੇ ਪ੍ਰੈਸ ਕਰਦੀ ਪਈ ਸੀ ਤੇ ਉਧਰੋਂ ਕੋਲੋਂ ਲੰਘਿਆ, ਮੈਨੂੰ ਕਹਿੰਦਾ ਮੇਰੀ ਪਹਿਲਾਂ ਪ੍ਰੈਸ ਕਰੋ। ਨਾ ਕਰ ਦਿੰਦੀ ਫਿਰ ਉਹਨੂੰ, ਅੱਗੇ ਬੜੇ ਜਿਵੇਂ ਫੁੱਲਾਂ ਦੇ ਹਾਰ ਪਾਉਂਦਾ ਉਹ ਆਪਣੇ ਗਲ 'ਚ, ਤੈਨੂੰ ਪਤਾ ਤਾਂ ਹੈਗਾ ਹੈ ਕਿੱਦਾਂ ਦਾ ਉਹ। ਐਂ ਕਿਵੇਂ ਮਨਾ ਕਰ ਦਿੰਦੀ? ਜੇ ਮਨਾ ਕਰਦੀ ਫਿਰ ਉਹਨੇ ਘਰ 'ਚ ਕਲੇਸ਼ ਪਾ ਲੈਣਾ ਸੀ, ਉਹ ਕਹਿੰਦੇ ਨੇ ਨਾ ਡੁੱਬੀ ਤਾਂ ਜੇ ਸਾਹ ਨਾ ਆਇਆ। ਚੱਲ ਮੈਨੂੰ ਆਹ ਕਹਾਵਤਾਂ ਹੀ ਨਾ ਸੁਣਾਈ ਜਾ ਹੁਣ, ਉਹ ਦੇਵ ਦੇ ਮੂੰਹ ਨੂੰ ਤਾਂ ਹੁਣ ਜਾਣਾ ਹੀ ਪੈਣਾ ਆਪਾਂ ਨੂੰ, ਹੋ ਜਾ ਤਿਆਰ ਹੁਣ। ਠੀਕ ਆ ਜੀ, ਹੋ ਜਾਂਦੀ ਆ ਤਿਆਰ, ਪਰ ਤੁਸੀਂ ਵੀ ਥੋੜਾ ਆਪਣਾ ਮੂਡ ਠੀਕ ਰੱਖਿਓ। ਉਹ ਠੀਕ ਹੀ ਆ ਮੇਰਾ ਮੂਡ।
पुत मनप्रीत नू है नहीं ना, ओह तेरी साली आ, तेरियां बड़ियां भैणां वर्गी आ, गल नू छड्डी दा हुंदा पुत। आए किवें छड़दा माता, हुण तू ही दस मैं प्रोग्राम ते की पाऊं। शैली पुत तू कोई होर शर्ट देख ला, प्रौने कोल ते इन्नियां शर्टां होणगी। शर्टां ना बहुत ने मेरे कोल, पर मैं ता ओही पौनी सी, एक ता शर्ट मजा दी तो बहस करके गए ने। पुत कई बार गुस्से दे विच पता नहीं लगदा हुंदा, तू ता मेरा समझदार पुत आ ना, मिट्टी पा दे गल ते। जीजा जी तुसी हले ऐं बैठे हो, होवो तैयार, खिचो तैयारी, फिर आपा पहुंचना भी आ। तुसी पहुंचो, मेरी की लोड़ है थोनू? ना पुत तेरी का ते नहीं लोड़, जवाइयां दी ता हर टाइम लोड़ हुंदी होई आ। पता ही है मैनू किन्नी क लोड़ है। जीजा जी ओ मैं ता सोचा सी महफलां लगनगियां घरे, हसांगे खेडांगे बातां पावांगे, पर थोड़े बगैर कादी महफल है जी। ओ मेरे नाल थोड़ियां कादियां महफलां, महफलां ना थोड़ियां उहदे नाल ही ने, बड़े नाल। जीजा जी मेरी गल सुनो, पता की गल आ, तुसी मेरे फेवरेट हो, बड़ा जीजा चाहे जिन्ना मर्जी पुराना, पर जेड़ा स्टैंडर्ड थोड़ा, जेड़ी तौर थोड़ी आ, ओ बड़े जीजे दी थोड़ी आ। तेरी अख दे विचों ना चापलूसी दिखदी पई है, छिट्टे ना मार बजने नहीं। दस मम्मी, ओ जीजा जी कोई छिट्टे नहीं मारदा पिया, मैं ता सच कहना, जेड़ी गल दिल नूं लगी आ आपां कहती। जे जीजा जी थोड़े नाल मैनूं कोई इदां दा हुंदा ता मैं शैली दा व्याह थोड़े नाल होण ही ना, मेरा मतलब भई तुहाडा मेल बणिया ता ही व्याह कीता। प्या तुसी ना आपदी लोड़ नूं कीता, थोनू इन्ने स्टैंडर्ड वाला परौणा मिल जांदा कितों? ओ नहीं नहीं जीजा जी, असीं ता आप कहने आ भई साडे धन भाग जिहड़े सानूं थोड़े अरगे जीजा जी मिले, इन्ने सोहणे सुनखे लंबे लंजे ਵਧੀਆ ਕੰਮ ਕਾਰ, ਹੋਰ ਸਾਨੂੰ ਕੀ ਚਾਹੀਦਾ ਸੀ ਸ਼ੈਲੀ ਵਾਸਤੇ, ਆਹੀ ਤਾਂ ਚਾਹੀਦਾ ਸੀ। ਆਹੋ ਮਿਲਦਿਆਂ ਦੀਆਂ ਗੱਲਾਂ ਨੇ, ਜਿਨ੍ਹਾਂ ਕੋਲ ਮੇਰੇ ਵਰਗਾ ਪਰਾਉਣਾ ਹੈ ਨਹੀਂ ਨਾ, ਉਹਨਾਂ ਨੂੰ ਪੁੱਛ ਕੇ ਦੇਖ। ਉਹ ਜੀਜਾ ਜੀ ਉਹ ਅਸੀਂ ਤਾਂ ਚਾਹੁੰਦੇ ਹਾਂ ਤੁਹਾਡੇ ਵਰਗਾ ਪਰਾਉਣਾ ਕਿਸੇ ਦਾ ਨਾ ਹੋਵੇ। ਮੇਰਾ ਮਤਲਬ ਵੀ ਸਾਡਾ ਜੀਜਾ ਸਾਡੇ ਕੋਲ ਹੀ ਰਹੂਗਾ, ਇੰਨੀ ਕਿਸਮਤ ਕਿਸੇ ਹੋਰ ਦੀ ਕਿੱਥੇ, ਟੌਰ ਆ ਸਾਡੀ ਇਲਾਕੇ ਦੇ ਵਿੱਚ, ਲੋਕੀ ਕਹਿੰਦੇ ਨੇ ਫਲਾਣਾ ਜੀਜਾ ਇਹਨਾਂ ਦਾ। ਫਲਾਣੇ ਦਾ ਕੀ ਮਤਲਬ ਹੋਇਆ ਓਏ, ਮੇਰਾ ਨਾਂ ਨਹੀਂ ਜਾਣਦੇ ਉਹ? ਹਾਂ ਜੀਜੇ ਜੀ ਉਹ ਜਿਹੜੇ ਗਲੀ ਵਾਲੇ ਨੇ ਉਹ ਤਾਂ ਸਾਰੇ ਜਾਣਦੇ ਆ, ਜਿੱਥੇ ਤੱਕ ਯਾਨੀ ਕਿ ਮਤਲਬ ਵੀ ਅਗਲੀ ਗਲੀ ਉਹ ਤੋਂ ਅਗਲੀ ਗਲੀ ਜਿੱਥੇ ਤੱਕ ਤੁਹਾਡੇ ਚਰਚੇ ਨੇ ਉਹਨਾਂ ਨੂੰ ਨਾਮ ਨਹੀਂ ਪਤਾ। ਮੰਮੀ ਮੈਂ ਇਹ ਕਰਦਾ, ਆਪਾਂ ਕੇਬਲ ਦੇ ਉੱਤੇ ਨਾ ਇੱਕ ਐਡ ਚਲਾਉਂਦੇ ਹਾਂ ਕਿ ਰਜਿੰਦਰ ਸਿੰਘ ਦੇਵ ਤੇ ਅਮਰ ਉਹਨਾਂ ਦਾ ਜੀਜਾ ਹੈ। ਹਾਂ ਇਹ ਠੀਕ ਹੈ। ਬਸ ਫਿਰ ਠੀਕ ਹੈ ਜੀਜਾ ਜੀ, ਅੱਜ ਕੇਬਲ ਵਾਲੇ ਨੇ ਵੀ ਆਉਣਾ ਹੀ ਆ ਫੰਕਸ਼ਨ 'ਤੇ, ਨਾਲੇ ਮੈਂ ਤੁਹਾਨੂੰ ਮਿਲਾ ਵੀ ਦਊਂਗਾ ਉਹਦੇ ਨਾਲ, ਮਿਲ ਵੀ ਲਿਓ, ਨਾਲੇ ਜੇ ਕੋਈ ਕੰਮ ਕਾਰ ਦੀ ਐਡ ਦੇਣੀ ਹੋਈ ਉਹ ਵੀ ਦੇ ਦਿਓ, ਤੁਸੀਂ ਤਿਆਰ ਹੋਵੋ ਬਸ ਫਟਾਫਟ। ਠੀਕ ਹੈ ਜੀ ਮੈਂ ਚੱਲਦਾ ਹੈ ਜੀ, ਤਿਆਰ ਹੋ ਜਾਓ, ਸ਼ੈਲੀ ਕੱਪੜੇ ਕੱਢ। ਉਹ ਗੱਲ ਸੁਣ। ਹਾਂਜੀ ਜੀਜੇ ਜੀ ਹੁਣ ਕੀ ਹੋਇਆ? ਪ੍ਰੋਗਰਾਮ 'ਤੇ ਤਾਂ ਮੈਂ ਚੱਲ ਪਊਂਗਾ, ਪਰ ਮੇਰੀ ਸ਼ਰਤ ਹੈ ਇੱਕ। ਹਾਂ ਹਾਂ ਉਹੀ ਇੰਤਜ਼ਾਮ ਵਾਲੀ, ਕੀਤਾ ਹੋਇਆ ਹੈਗਾ ਇੰਤਜ਼ਾਮ? ਨਹੀਂ ਉਹ ਤੋਂ ਇਲਾਵਾ ਇੱਕ ਹੋਰ ਸ਼ਰਤ ਹੈ। ਹਾਂਜੀ ਹਾਂਜੀ ਜੀਜੇ ਜੀ ਬੋਲੋ ਕੀ ਸ਼ਰਤ ਹੈ ਜੀ ਤੁਹਾਡੀ? ਮੈਂ ਪ੍ਰੋਗਰਾਮ 'ਤੇ ਤਾਂ ਜਾਊਂਗਾ ਜੇ ਉਹ ਉੱਥੇ ਨਹੀਂ ਜਾਊਗਾ। ਉਹ ਨਹੀਂ ਹੋਣਾ ਚਾਹੀਦਾ ਉੱਥੇ, ਜੇ ਉਹ ਹੋਇਆ ਤਾਂ ਮੈਂ ਉਸੇ ਟਾਈਮ ਵਾਪਸ ਆ ਜਾਊਂਗਾ। ਉਹਨੂੰ ਕਹੋ ਇੱਥੋਂ ਜਾਵੇ ਆਪਦੇ ਘਰੇ, ਮੈਨੂੰ ਇੱਥੇ ਦਿਖਣਾ ਨਹੀਂ ਚਾਹੀਦਾ। ਪਰ ਜੀਜਾ ਜੀ ਇੱਦਾਂ ਦੀ ਕਿਹੜੀ ਗੱਲ ਆ ਵੀ ਤੁਸੀਂ ਉਹਨਾਂ ਨੂੰ ਉੱਥੇ ਪ੍ਰੋਗਰਾਮ 'ਤੇ ਦੇਖਣਾ ਨਹੀਂ ਚਾਹੁੰਦੇ?
क्योंकि मैनू नहीं ओह चंगे लगते, रड़कते ने मेरिया अखा च। जीजा जी ये फिर कोई हल नहीं ना होया, असी की करांगे दसो, समझा करो। जे ओ जाणगे ना तो मैं नहीं जाता, बस गल खत्म। पुत ऐदा चंगा थोड़ा ना लगता, असी उन्होंने रोक किवें सकदे? ना रोको फिर, चल शैली कर कपड़े पैक, आपां चलीए। इन्हां नूं करन दे उन्हां दी सेवा, जद मेरी इस घर च इज्जत ही नहीं, आपां इत्थे रुक के की करना है? कोई ना जी, कर लैनी आ पैक। तुसी गुस्से काहतों हुंदे हो, तुसी गल नूं तां समझो। जीजा जी तुसी जाण दी गल क्यों करदे पए हो? सानू पता थोड़े आउण दा ब्याह जिन्ना चाह होया होया। थोनू कहदा चाह भाई, बस उत्तों उत्तों करी जाने हो। जीजा जी कोई उपरों उपरों नहीं करदे, दिलों करदे आ सी तुहाडा। मैं करदा कुछ, तुसी तैयार तां होवो। मम्मी कहो माड़ा जिहा, तैयार होवो तुसी। मैं कुछ कहा सी, लगता सुनिया नहीं। कोई ना, फिर की आ। इहदे हुण की मख लड़ गई। दस इहनू की हो गया हुण, इह भी चली गई। चलिए जी, चलिए आपां। वो तां फेर अंदर वड़ गए हुण। फेर अंदर वड़ गए? तुसी बैठो जी, जी अंदर, मम्मी नूं भेजदा। पर की साले गेड़े कढ़ाई जांदे आ, इन्हां ने जाना भी हैगा कि नहीं? ਉਹ ਜੇ ਤਿਆਰ ਹੋਏ ਹੋਏ ਨੇ ਤਾਂ ਜਾਣਾ ਹੀ ਆ, ਤੁਸੀਂ ਅੰਦਰ ਆ ਜਾਓ, ਇਹਨਾਂ ਨੂੰ ਗੱਲ ਕਰ ਲੈਂਦੇ 2 ਮਿੰਟ। ਉਹ ਜੱਦਾ ਮੈਂ ਆਇਆ, ਗੱਲਾਂ ਹੀ ਕਰੀ ਜਾਂਦੇ ਆ, ਕੰਮ ਤਾਂ ਡੱਕੇ ਦਾ ਨਹੀਂ ਕਰਦੇ ਇਹ। ਉਹਨਾਂ ਨੂੰ ਗੱਲ ਤਾਂ ਕਰ ਲੈਂਦੋ, ਹੁਣ ਪਤਾ ਤਾਂ ਕਰ ਲੈਂਦੋ, ਉਹਦਾ ਮੂੰਹ ਕਾਤੇ ਮੋਟਾ ਹੋਇਆ। ਤੁਸੀਂ ਮੇਰੀ ਗੱਲ ਮੰਨੋ, ਆਪਾਂ ਅੰਦਰ ਚੱਲਦੇ ਹਾਂ। ਉਹ ਮਨਪ੍ਰੀਤ ਕੀ ਆ ਯਾਰ, ਆ ਕਦੇ ਅੰਦਰ ਬਾਹਰ ਅੰਦਰ ਬਾਹਰ ਜੇ ਕਰਾਈ ਜਾਂਦੇ ਹੋ, ਚੱਲ ਹੁਣ। ਕੀ ਮੇਰਾ ਮਜ਼ਾਕ ਬਣਾਇਆ ਹੋਇਆ ਇਹਨਾਂ ਨੇ? ਸੀਰੀਅਸ ਨਹੀਂ ਲੈਂਦੇ ਮੈਨੂੰ ਇਹ। ਕੀ ਹੋਇਆ ਤੁਹਾਨੂੰ? ਅੱਗੇ ਤਾਂ ਤੁਸੀਂ ਕਦੇ ਇੰਨਾ ਗੁੱਸਾ ਕੀਤਾ ਨਹੀਂ, ਜਾ ਲੈਣ ਦੋ ਉਹਨਾਂ ਨੂੰ। ਤੇਰਾ ਬੜਾ ਜੀ ਕਰਦਾ ਉਹਨਾਂ ਨਾਲ ਜਾਣ ਨੂੰ, ਜਾ ਉਹਨਾਂ ਨਾਲ ਹੀ ਚਲੀ ਜਾ। ਆਏ ਕਿਵੇਂ ਉਹਨਾਂ ਨਾਲ ਚਲੀ ਜਾਵਾਂ? ਮੇਰਾ ਵਿਆਹ ਤਾਂ ਤੁਹਾਡੇ ਨਾਲ ਹੋਇਆ, ਤੁਹਾਡੇ ਨਾਲ ਹੀ ਜਾਊਂਗੀ। ਜੇ ਮੇਰੇ ਨਾਲ ਜਾਣਾ ਨਾ, ਕੈਂਸਲ ਕਰਾ ਉਹਨਾਂ ਦਾ। ਬਸ ਉਹ ਨਹੀਂ ਜਾਣੇ ਚਾਹੀਦੇ, ਹਿੰਡਾ ਜੱਟ ਦੀ। ਹਾਏ ਓਏ ਰੱਬਾ, ਥੋੜਾ ਜਿਹਾ ਸਮਝੋ ਗੱਲ ਨੂੰ। ਮੰਮੀ ਹੁਣੀ ਕਿਵੇਂ ਕਹਿ ਦੇਣ ਉਹਨਾਂ ਨੂੰ, ਜਿਵੇਂ ਮੈਂ ਆ ਨਾ ਮੰਮੀ ਹੁਣਿਆਂ ਲਈ, ਉਵੇਂ ਦੀਦੀ ਆ। ਤੇਰੀ ਕਿਵੇਂ ਪੜਾਉਣ ਲੱਗੀ ਹੋਈ ਆ ਮੈਨੂੰ? ਮੈਂ ਜਵਾਕ ਨਹੀਂ ਹੈਗਾ, ਜਿਹੜੀ ਤੈਨੂੰ ਗੱਲ ਕਹੀ ਆ ਨਾ, ਪਹਿਲਾਂ ਉਹ ਕਰ, ਨਹੀਂ ਰਹਿ ਇੱਥੇ, ਮੈਂ ਚੱਲਿਆ। ਹੁਣ ਦੇਖਦੀ ਕੀ ਹੈ। ਜੀਜਾ ਜੀ ਕੀ ਗੱਲ ਹੋ ਗਈ, ਵਾਪਸ ਕਾਹਤੇ ਆ ਗਏ ਤੁਸੀਂ? ਤੂੰ ਆਪਣੇ ਆਪ ਨੂੰ ਬੜਾ ਚਲਾਕ ਨਾ ਸਮਝ, ਤੈਨੂੰ ਕਿਹਾ ਸੀ ਨਾ ਜੇ ਉਹ ਜਾਣਗੇ ਤਾਂ ਮੈਂ ਨਹੀਂ ਜਾਣਾ, ਫਿਰ ਕਿਉਂ ਚੱਲੇ ਨੇ ਉਹ? ਜੀਜਾ ਜੀ ਤੁਸੀਂ ਸਮਝਦੇ ਕਿਉਂ ਨਹੀਂ ਗੱਲ ਨੂੰ, ਇੱਕ ਗੱਲ ਫੜ ਕੇ ਤੁਸੀਂ ਬੈਠੇ ਹੋ, ਜੇ ਅਸੀਂ ਕੁਛ ਕਹਿੰਦੇ ਆ ਤਾਂ ਤੁਸੀਂ ਗੁੱਸਾ ਕਰ ਜਾਂਦੇ ਹੋ। ਸਾਨੂੰ ਤਾਂ ਗੱਲ ਕਹਿੰਦੇ ਹੋਏ ਵੀ ਡਰ ਲੱਗਦਾ ਵੀ ਪਤਾ ਨਹੀਂ ਕਿਹੜੀ ਇਹੋ ਜਿਹੀ ਗੱਲ ਮੂੰਹ ਚੋਂ ਨਿਕਲ ਜਾਣੀ ਕਿ ਤੁਹਾਨੂੰ ਗੁੱਸਾ ਲੱਗ ਜਾਣਾ। ਉਹ ਜੀਜਾ ਜੀ ਉਹ ਵੀ ਮੇਰੇ ਜੀਜਾ ਜੀ ਨੇ, ਕਿਵੇਂ ਛੱਡਦਾ, ਸਮਝੋ ਗੱਲ ਨੂੰ। ਛੱਡਣਾ ਪੈਣਾ, ਜੇ ਨਹੀਂ ਛੱਡ ਸਕਦੇ ਫਿਰ ਮੈਨੂੰ ਛੱਡ ਦੋ, ਮੈਂ ਕਿਹੜਾ ਧੱਕਾ ਕਰਦਾ ਤੁਹਾਡੇ ਨਾਲ। ਪੁੱਤ ਮੈਂ ਤੇਰੇ ਮੂਹਰੇ ਹੱਥ ਬੰਨਦੀ ਆ, ਫੰਕਸ਼ਨ ਖਰਾਬ ਨਾ ਕਰ। ਉਹ ਜਿੱਕਰ ਮੈਨੂੰ ਸ਼ੈਲੀ ਆ, ਓਕਣੇ ਮੈਨੂੰ ਦੂਜੀ ਕੁੜੀ ਆ। ਜੇ ਤੁਸੀਂ ਜਾਓਗੇ ਫੰਕਸ਼ਨ ਦੇ ਵਿੱਚ, ਉਹ ਨਹੀਂ ਜਾਣਗੇ ਤਾਂ ਰਿਸ਼ਤੇਦਾਰ ਕੀ ਕਹਿਣਗੇ? ਤੁਹਾਡਾ ਨਾ ਸਭ ਤੋਂ ਵੱਡਾ ਰਿਸ਼ਤੇਦਾਰ ਮੈਂ ਆ, ਮੈਂ ਕੀ ਕਹਿਣਾ, ਮੇਰੀ ਸੁਣੋ, ਲੋਕ ਕੀ ਕਹਿਣਗੇ ਉਹਦੀ ਮੈਨੂੰ ਕੋਈ ਪਰਵਾਹ ਨਹੀਂ। ਦੂਜਾ ਜੀ ਕਿਉਂ ਨਹੀਂ ਲੋਕਾਂ ਦੀ ਪਰਵਾਹ ਕਰਨੀ, ਕਰਨੀ ਪੈਂਦੀ ਹੈ ਜੀ, ਤੁਹਾਨੂੰ ਹੀ ਮਾੜਾ ਕਹਿਣਗੇ, ਸਮਝੋ ਮੇਰੀ ਗੱਲ ਨੂੰ। ਅਸੀਂ ਨਹੀਂ ਚਾਹੁੰਦੇ ਕਿ ਵੱਡੇ ਜੀਜੇ ਕਰਕੇ ਕੋਈ ਤੁਹਾਨੂੰ ਮਾੜਾ ਕਹੇ ਤੇ ਨਾ ਹੀ ਸਾਡੇ ਤੋਂ ਸੁਣਿਆ ਜਾਣਾ। ਲੋਕ ਆਹੀ ਗੱਲਾਂ ਕਰਨਗੇ ਕਿ ਹਲੇ ਥੋੜ੍ਹੀ ਦੇਰ ਹੋਈ ਆ ਵਿਆਹ ਨੂੰ, ਛੋਟੀ ਭੈਣ ਨੇ ਵੱਡੀ ਭੈਣ ਫੰਕਸ਼ਨ 'ਚ ਨਹੀਂ ਵੜਨ ਦਿੱਤੀ, ਤੁਸੀਂ ਆਪ ਸੋਚੋ ਚੰਗਾ ਲੱਗੂਗਾ।
सही कहता बीरा, मैं भी थोनू यही कहनी हाँ भी उन्होंने आ लैन दो प्रोग्राम से, अगले किसी प्रोग्राम से आप देख लेंगे। हाँ जीजा जी गुस्सा छोड़ो, मैं भरावान वर्गा थोड़े, मेरी गल मान लो, हो जाओ तैयार लैके आ, असी वेट कर दिया, आ जाओ। देख लो बीरा ते मम्मी थोड़ी किन्निया मिन्नत करके गए ने, जा लैन दो उन्हां नूं। जिन्ना तू मैनू समझदी है ना उन्ना मैं कूला नहीं, मन्नन नूं मैं जवाक हां, मैं बंदा। तू जाना ना शौक नाल जा, तेरे तां जीजे ने जाना ना, तेरा तां जी करदा होऊ। जी ए च जीजे वाली केड़ी गल आ, ओ अपनी जगह ते जा रहा ते आपा अपनी जगह ते जाना। आपा नहीं जा रहे, जे तेरा भैन ते जीजा जाणगे ना ਤਾਂ ਮੈਂ ਨਹੀਂ ਜਾਂਦਾ ਤੇ ਨਾ ਮੈਂ ਇੱਥੇ ਮੁੜ ਕੇ ਪੈਰ ਪਾਵਾਂ। ਇਹ ਕੀ ਗੱਲ ਆ, ਲੜਾਈ ਤੁਹਾਡੇ ਜੀਜਾ ਜੀ ਨਾਲ ਆ ਤੇ ਤੁਸੀਂ ਇੱਥੇ ਆਉਣ ਤੋਂ ਕਿਉਂ ਰੋਕਦੇ ਹੋ? ਕੀ ਕਰਨਾ ਇੱਥੇ ਆ ਕੇ, ਹੈਗੀ ਆ ਮੇਰੀ ਕੋਈ ਇੱਜ਼ਤ? ਇੱਕ ਕੰਮ ਕਿਹਾ ਸੀ ਭਰੀ ਆ ਕਿਸੇ ਨੇ ਮੇਰੀ ਹਾਮੀ, ਇਹ ਕਿਵੇਂ ਰੋਕ ਸਕਦੇ ਨੇ? ਇਹ ਤਾਂ ਮੇਰੇ ਭਰਾਵਾਂ ਦੀ ਮਰਜ਼ੀ ਆ ਨਾ, ਉਹ ਜਿਹਨੂੰ ਮਰਜ਼ੀ ਬੁਲਾਉਣ ਚਾਹੇ ਨਾ ਬੁਲਾਉਣ। ਆਏ ਕਿਵੇਂ ਬੁਲਾਉਣ ਕਿਸੇ ਨੂੰ ਮਰਜ਼ੀ, ਮੈਂ ਜਵਾਈ ਆ ਇਸ ਘਰ ਦਾ, ਇੱਥੇ ਮੇਰੀ ਚੱਲੂਗੀ। ਤੇ ਫਿਰ ਉਹ ਕਿਹੜਾ ਭੂਆ ਕੋਲੇ ਆਇਆ, ਉਹ ਵੀ ਤਾਂ ਜਵਾਈ ਆ ਇਸ ਘਰ ਦਾ। ਤੂੰ ਬੜੀ ਸਾਈਡ ਲੈਣੀ ਆ ਜੀਜੇ ਦੀ, ਮੇਰੀ ਗੱਲ ਤਾਂ ਕੱਟ ਕੱਟ ਮਾਰਦੀ ਆ। ਜੀ ਮੈਂ ਤੁਹਾਡੀ ਗੱਲ ਨਹੀਂ ਕੱਟਦੀ ਪਈ, ਮੈਂ ਸਿਰਫ ਤੁਹਾਨੂੰ ਬੇਨਤੀ ਕਰਦੀ ਆ ਵੀ ਜੋ ਤੁਸੀਂ ਕਰਨ ਨੂੰ ਕਹਿ ਰਹੇ ਹੋ ਨਾ ਉਹ ਇੰਨਾ ਸੌਖਾ ਨਹੀਂ। ਜੇ ਇਹ ਇੰਨਾ ਸੌਖਾ ਨਹੀਂ ਨਾ ਫਿਰ ਮੈਨੂੰ ਵੀ ਲਿਜਾਣਾ ਬਹੁਤ ਔਖਾ। ਦੇਖਦੀ ਕੀ ਹੈ, ਜਾ ਕੇ ਆਪਦੀ ਮਾਂ ਨੂੰ ਕਹਿ ਦੇ, ਜਾਂ ਤਾਂ ਉਹ ਜਾਣਗੇ ਜਾਂ ਮੈਂ ਜਾਊਂਗਾ। ਦੇਖਦੀ ਕੀ ਹੈ, ਜਾ ਕੇ ਆਪਦੀ ਮਾਂ ਨੂੰ ਕਹਿ ਦੇ, ਜਾਂ ਤਾਂ ਉਹ ਜਾਣਗੇ ਜਾਂ ਮੈਂ ਜਾਊਂਗਾ। ਸ਼ੈਲੀ ਕੀ ਹੋਇਆ ਪੁੱਤ? ਕੁਛ ਨੀ ਮੰਮੀ, ਮੈਨੂੰ ਸਮਝ ਨੀ ਲੱਗਦੀ ਮੇਰੀ ਕਿਸਮਤ ਕਿਹੋ ਜਿਹੀ ਆ। ਕਿਸਮਤ ਐ ਕਿਉਂ ਸੋਚਦੀ ਹੈ, ਕਿਸਮਤ ਵਧੀਆ ਹੀ ਆ। ਮੰਮੀ ਤੁਸੀਂ ਕਿਸਮਤ ਕਿਹਨੂੰ ਕਹਿੰਦੇ ਹੋ, ਪੈਸੇ ਨੂੰ, ਰੁਤਬੇ ਨੂੰ ਜਾਂ ਖੁਸ਼ੀ ਨੂੰ? ਪੁੱਤ ਕਿਸਮਤ ਤਾਂ ਤਿੰਨੇ ਚੀਜ਼ਾਂ ਨਾਲ ਹੁੰਦੀ ਹੈ ਜਿਹੜੀਆਂ ਤੇਰੇ ਕੋਲ ਹੈਗੀਆਂ ਨੇ। ਪਰ ਮੰਮੀ ਜੇ ਮੈਂ ਕਹਾਂ ਮੇਰੇ ਕੋਲ ਪੈਸਾ ਹੈਗਾ, ਰੁਤਬਾ ਹੈਗਾ ਪਰ ਖੁਸ਼ੀ ਨਹੀਂ, ਫਿਰ ਤੁਸੀਂ ਕੀ ਕਹੋਗੇ? ਪੁੱਤ ਇਹ ਤੂੰ ਕੀ ਕਹੀ ਜਾਂਦੀ ਹੈ, ਤੂੰ ਖੁਸ਼ ਤਾਂ ਹੈਗੀ ਰਜਿੰਦਰ ਦੇ ਨਾਲ। ਕੀ ਗੱਲ ਪੁੱਤ, ਤੂੰ ਖੁਸ਼ ਨਹੀਂ ਹੈਗੀ, ਮਨ ਭਰਿਆ? ਮੰਮੀ ਮੇਰਾ ਮਨ ਤਾਂ ਨਾ ਉਦੋਂ ਦਾ ਭਰਿਆ ਹੋਇਆ ਜਦੋਂ ਦਾ ਮੇਰਾ ਵਿਆਹ ਹੋਇਆ ਸੀ, ਮੈਨੂੰ ਇਹ ਹਰ ਗੱਲ ਵਿੱਚ ਮੈਨੂੰ ਇਹ ਚਾਹੀਦਾ ਮੈਨੂੰ ਉਹ ਚਾਹੀਦਾ, ਪਰ ਇਹਨਾਂ ਨੇ ਕਦੇ ਮੈਨੂੰ ਨਹੀਂ ਪੁੱਛਿਆ ਵੀ ਸ਼ੈਲੀ ਤੈਨੂੰ ਕੀ ਚਾਹੀਦਾ। ਕੋਈ ਨਾ ਪੁੱਤ, ਤੂੰ ਇਹਨੂੰ ਦਿਲ ਤੇ ਨਾ ਲੈ, ਹਰ ਇੱਕ ਦਾ ਆਪਣਾ ਆਪਣਾ ਸੁਭਾਅ ਹੁੰਦਾ। ਮੰਮੀ ਪਰ ਇਹੋ ਜਿਹੇ ਸੁਭਾਅ ਦਾ ਕੀ ਕਰਨਾ ਜਿਹਨੂੰ ਆਪਣੇ ਘਰਵਾਲੀ ਦੇ ਰਿਸ਼ਤੇਦਾਰਾਂ ਦੀ ਕਦਰ ਹੀ ਨਾ ਹੋਵੇ। ਸ਼ੈਲੀ ਕਰਦਾ ਤਾਂ ਹੈ ਕਦਰ, ਇੱਕ ਵਾਰੀ ਕਹੇ ਤੇ ਮੰਨ ਗਿਆ, ਕਹਿੰਦਾ ਤਾਂ ਹੈਗਾ ਵੀ ਚੱਲਦਾ ਮੈਂ ਫੰਕਸ਼ਨ ਤੇ। ਮੰਮੀ ਮੈਂ ਉਹੀ ਗੱਲ ਕਰਨ ਆਈ ਆ, ਇਹ ਮੰਨੇ ਨਹੀਂ ਹੈਗੇ, ਇਹ ਕਹਿੰਦੇ ਮੈਨੂੰ ਚਾਹੇ ਇੱਕ ਵਾਰ ਕਹੋ ਚਾਹੇ 50 ਵਾਰ ਕਹੋ ਮੈਂ ਨਹੀਂ ਜਾਂਦਾ ਜੇ ਉਹ ਜਾਣਗੇ। ਆ ਕੀ ਗੱਲ, ਉਹਨੂੰ ਇੱਕ ਵਾਰੀ ਵੀ ਨਹੀਂ ਆਇਆ ਵੀ ਮੈਂ ਇੰਨਾ ਮੱਥਾ ਮਾਰ ਕੇ ਆਈ ਆ ਵੀ ਮੈਨੂੰ ਵੱਡੇ ਸਮਝਾਉਂਦੇ ਨੇ ਵੀ ਮੈਂ ਸਮਝਾਂ। ਨਹੀਂ ਮੰਮੀ
ਉਹਨਾਂ ਨੂੰ ਸਿਰਫ ਆਪਣੀ ਅੜੀ ਦਾ। ਉਹਨਾਂ ਨੇ ਹੁਣ ਵੀ ਮੈਨੂੰ ਕਹਿ ਕੇ ਭੇਜਿਆ ਵੀ ਜਾ ਆਪਣੀ ਮੰਮੀ ਨਾਲ ਗੱਲ ਕਰ। ਮੈਂ ਤਾਂ ਹੈਰਾਨ ਹਾਂ ਇਹੋ ਜਿਹੇ ਜਵਾਈ 'ਤੇ। ਸ਼ੈਲੀ ਤੂੰ ਆਪੇ ਸੋਚ ਵੀ ਮੇਰੀਆਂ ਦੋ ਧੀਆਂ ਨੇ ਅਤੇ ਦੋ ਜਵਾਈ ਨੇ, ਇੱਕ ਨੂੰ ਮੈਂ ਮਨਾ ਕਿਵੇਂ ਕਰ ਦਵਾਂ। ਮੈਨੂੰ ਸਮਝ ਨਹੀਂ ਲੱਗਦੀ ਵੀ ਮੈਂ ਕੀ ਕਰਾਂ। ਮੰਮੀ ਮੈਨੂੰ ਤਾਂ ਇਹਨਾਂ ਨੇ ਇੰਨਾ ਕਹਿਤਾ ਵੀ ਤੂੰ ਜਾਣਾ ਜਾ, ਮੇਰੇ ਕੋਲ ਨਾ ਆਏ, ਇੱਥੇ ਰਹੀ। ਤੂੰ ਜਾ ਸ਼ੈਲੀ, ਮੈਂ ਕਰਦੀ ਹਾਂ ਗੱਲ, ਤੂੰ ਮਨਪ੍ਰੀਤ ਨੂੰ ਮੇਰੇ ਕੋਲ ਭੇਜ। ਭੇਜਦੀ ਹਾਂ ਮੰਮੀ, ਪਰ ਮੇਰਾ ਨਾਮ ਨਾ ਲਿਓ। ਮੈਂ ਨਹੀਂ ਚਾਹੁੰਦੀ ਵੀ ਸਾਡੇ ਭੈਣਾਂ 'ਚ ਫਰਕ ਪਵੇ। ਤੁਹਾਡਾ ਭੈਣਾਂ ਦਾ ਫਰਕ ਨਾ ਪਵੇ, ਮਾਂ ਨਾਲ ਭਾਵੇਂ ਫਰਕ ਪੈ ਜਾਵੇ। ਦਵਿੰਦਰ ਹੋਣਾ ਮੈਨੂੰ ਲੱਗਦਾ, ਦੇਖਤਾ ਕੀ ਕਹਿੰਦਾ। ਹਾਂਜੀ ਦੇਖਦੀ ਹਾਂ। ਆ ਜਾ ਅੰਦਰ ਆ ਜਾ। ਸ਼ੈਲੀ ਆ। ਨਹੀਂ ਦੀਦੀ, ਮੈਂ ਅੰਦਰ ਨਹੀਂ ਆਉਣਾ, ਤੁਹਾਨੂੰ ਮੰਮੀ ਨੇ ਬੁਲਾਇਆ। ਮੰਮੀ ਨੇ ਬੁਲਾਇਆ, ਕਿਉਂ? ਪਤਾ ਨਹੀਂ, ਮੰਮੀ ਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਆ। ਚੱਲ ਠੀਕ ਆ, ਜਾ ਆਉਂਦੀ ਹਾਂ। ਚਲੋ ਠੀਕ ਆ, ਮੈਂ ਜਾਂਦੀ ਹਾਂ। ਮੰਮੀ, ਮੇਰੇ ਕੋਲ ਸ਼ੈਲੀ ਆਈ ਸੀਗੀ, ਉਹ ਕਹਿੰਦੇ ਤੁਸੀਂ ਬੁਲਾਇਆ, ਕੋਈ ਕੰਮ ਸੀ? ਹਾਂ ਪੁੱਤ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ, ਪਰ ਗੁੱਸਾ ਨਾ ਕਰੀ। ਭਲਾ ਮੈਂ ਤੁਹਾਡੀ ਗੱਲ ਦਾ ਗੁੱਸਾ ਕਿਉਂ ਕਰਨਾ? ਮੰਮੀ ਦੱਸੋ ਕੀ ਹੋਇਆ। ਪੁੱਤ ਗੱਲ ਇਹ ਹੈ, ਰਜਿੰਦਰ ਹਿੰਡ ਨਹੀਂ ਛੱਡਦਾ। ਉਹ ਕਹਿੰਦਾ ਵੀ ਜਾਂ ਤਾਂ ਵੱਡਾ ਜਾਊ ਜਾਂ ਮੈਂ ਜਾਊ। ਉਹ ਤਾਂ ਮੰਮੀ ਮੈਨੂੰ ਪਤਾ ਲੱਗ ਗਿਆ ਸੀਗਾ, ਤੁਸੀਂ ਦੱਸੋ ਤੁਸੀਂ ਕੀ ਕਿਹਾ। ਪੁੱਤ ਮੈਂ ਕੀ ਕਹਿਣਾ, ਮੈਂ ਤਾਂ ਹਾੜੇ ਕੱਢ ਕੇ ਆਈ ਹਾਂ ਉਹਦੇ, ਪਰ ਉਹ ਨਹੀਂ ਮੁੜਦਾ। ਪਰ ਮੰਮੀ ਇਹ ਤਾਂ ਗਲਤ ਗੱਲ ਹੋਈ, ਐ ਤਾਂ ਕੋਈ ਗੱਲ ਨਾ ਬਣੀ। ਜੇ ਬਹੁਤੀ ਗੱਲ ਆ, ਅਸੀਂ ਆਪਣੇ ਸਕੂਟਰ 'ਤੇ ਚੱਲ ਜਾਂਗੇ, ਤੁਹਾਡੇ ਨਾਲ ਗੱਡੀ 'ਚ ਨਹੀਂ ਜਾਂਦੇ। ਪੁੱਤ ਗੱਲ ਸਕੂਟਰ ਜਾਂ ਗੱਡੀ ਦੀ ਨਹੀਂ ਹੈਗੀ, ਗੱਲ ਹੁਣ ਤੇਰੇ ਸਾਂਭਣ ਦੀ ਆ। ਮੇਰੇ ਸਾਂਭਣ ਦੀ? ਇਹਦੇ 'ਚ ਮੰਮੀ ਮੈਂ ਕੀ ਕਰ ਸਕਦੀ ਹਾਂ? ਕਰ ਸਕਦੀ ਹਾਂ ਪੁੱਤ, ਜੇ ਤੂੰ ਗੁਰਚਰਨ ਨੂੰ ਰੋਕ ਲਵੇਂ ਤਾਂ ਅਸੀਂ ਛੋਟੇ ਪ੍ਰਾਹੁਣੇ ਨੂੰ ਲੈ ਜਾਂਗੇ। ਐਂ ਕਿਵੇਂ ਰੋਕ ਲਾਂ ਮੰਮੀ, ਅਸੀਂ ਤਾਂ ਕੱਲ੍ਹ ਦੇ ਆਏ ਬੈਠੇ ਹਾਂ, ਇਹਨਾਂ ਨੇ ਤਾਂ ਕੰਮ ਤੋਂ ਛੁੱਟੀ ਵੀ ਲਈ ਆ, ਇਹਨਾਂ ਦੀ ਤਾਂ ਤਨਖਾਹ ਵੀ ਕੱਟੀ ਗਈ, ਅਤੇ ਹੁਣ ਤੁਸੀਂ ਕਹਿੰਦੇ ਵੀ ਤੁਸੀਂ ਨਾ ਜਾਓ। ਉਹ ਮੈਂ ਤਾਂ ਚਾਹੁੰਦੀ ਹਾਂ ਪੁੱਤ ਵੀ ਤੁਸੀਂ ਦੋਨੇ ਜਾਣੇ ਜਾਵੋ, ਉਹ ਪਰ ਜਿਹੜਾ ਛੋਟਾ ਉਹ ਮੰਨਦਾ ਨਹੀਂ। ਤੂੰ ਪੁੱਤ ਵੱਡੀ ਹੈ, ਸਮਝਦਾਰ ਹੈ, ਤੂੰ ਹੀ ਮੰਨ ਜਾ। ਮੰਮੀ ਮੈਂ ਮੰਨਦੀ ਹਾਂ ਮੈਂ ਵੱਡੀ ਹਾਂ, ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਮੈਂ ਫੰਕਸ਼ਨ 'ਤੇ ਨਾ ਜਾਵਾਂ। ਚੱਲ ਮੈਂ ਸਾਰ ਵੀ ਲਊਂ, ਪਰ ਮੈਂ ਇਹਨਾਂ ਨੂੰ ਕਿਵੇਂ ਜਵਾਬ ਦੇਵਾਂ? ਪੁੱਤ ਫਿਰ ਘਰ ਦੇ ਵਿੱਚ ਕਲੇਸ਼ ਪਊ ਜੇ ਤੂੰ ਵੀ ਨਾ ਮੰਨੀ। ਉਹਨੇ ਕਹਿਤਾ ਵੀ ਮੈਂ ਮੁੜ ਕੇ ਫਿਰ ਤੈਨੂੰ ਲੈ ਕੇ ਨਹੀਂ ਆਉਣਾ ਪੇਕੇ, ਮੇਰੀ ਤਾਂ ਜਾਨ ਸਕਾਈ ਪਈ ਆ ਉਹਨੇ। ਮੰਮੀ ਫਿਰ ਇਹ 'ਚ ਸਾਡਾ ਕੀ ਕਸੂਰ ਆ? ਕੱਲ੍ਹ ਜੇ ਤੁਸੀਂ ਗਿਣ ਗਿਣ ਕੇ ਜੁੱਤੀਆਂ ਮਾਰੋ ਸਾਡੇ ਸਿਰ 'ਚ, ਅੱਜ ਤਾਂ ਹੱਦ ਹੀ ਹੋ ਗਈ। ਇੱਦਾਂ ਤਾਂ ਕੋਈ ਸੱਤ ਬਗਾਨਿਆਂ ਨਾਲ ਵੀ ਨਹੀਂ ਕਰਦਾ। ਮੈਂ ਤਾਂ ਆਪ ਫਸੀ ਪਈ ਹਾਂ, ਮੈਨੂੰ ਤਾਂ ਆਪ ਸ਼ੈਲੀ ਦੀ ਇੰਨੀ ਫਿਕਰ ਆ, ਉਹਨੇ ਮੁੜ ਕੇ ਸ਼ੈਲੀ ਨੂੰ ਪੇਕੇ ਨਹੀਂ ਆਉਣ ਦੇਣਾ, ਮੈਨੂੰ ਉਹਦੀ ਫਿਕਰ ਆ। ਅੱਛਾ, ਅਤੇ ਜਿਹੜੀ ਗੱਲ ਤੁਸੀਂ ਮੈਨੂੰ ਕਰਨ ਨੂੰ ਕਹਿ ਰਹੇ ਹੋ, ਉਹ ਇਹ ਕਰਨ ਤੋਂ ਬਾਅਦ ਉਹ ਮੈਨੂੰ ਆਉਣ ਦੇਣਗੇ ਇੱਥੇ? ਨਹੀਂ ਪੁੱਤ, ਗੁਰਚਾਰ ਨੂੰ ਕੁਛ ਨਹੀਂ ਕਹਿੰਦਾ, ਇਹਨਾਂ ਦੋਨਾਂ ਦੇ ਸੁਭਾਅ ਦੇ ਵਿੱਚ ਬਹੁਤ ਫਰਕ ਹੈ। ਹਾਂਜੀ ਫਰਕ ਆ, ਤਾਂ ਹੀ ਤਾਂ ਤੁਸੀਂ ਉਹਨਾਂ ਦਾ ਨਜਾਇਜ਼ ਫਾਇਦਾ ਚੱਕਦੇ ਹੋ, ਅਤੇ ਉਹ ਛੋਟਾ ਉਹਦੇ ਕੱਲ੍ਹ ਦੇ ਅੱਗੇ ਪਿੱਛੇ ਫਿਰੀ ਜਾਂਦੇ ਹੋ, ਅਤੇ ਉਹ ਤੁਹਾਨੂੰ ਸਿੱਧੇ ਮੂੰਹ ਵੀ ਨਹੀਂ ਬੁਲਾਉਂਦਾ। ਚਾਹੇ ਬੁਲਾਉਂਦਾ ਚਾਹੇ ਨਹੀਂ ਬੁਲਾਉਂਦਾ, ਜਿਹੜੀ ਗੱਲ ਤੈਨੂੰ ਮੈਂ ਕਹਿਦੀ ਨਾ ਉਹ ਚੁੱਪ ਕਰਕੇ ਮੰਨਦਾ। ਕਿਵੇਂ ਮੰਨਾਂ, ਇਹ ਤਾਂ ਕੱਲ੍ਹ ਦੇ ਭਰੇ ਹੋਏ ਨੇ, ਜੇ ਮੈਂ ਆਹ ਗੱਲ ਕਹੂੰਗੀ ਇਹ ਗੁੱਸੇ ਨਹੀਂ ਹੋਣਗੇ? ਉਹ ਕੁਛ ਨਹੀਂ ਕਹਿੰਦਾ, ਉਹਨੇ ਮੰਨ ਲੈਣਾ, ਪਰ ਮੇਰਾ ਨਾਮ ਨਾ ਲਈ, ਆਪਣੇ ਕੋਲ ਹੀ ਕਹੀ। ਗੁਰਚਰਨ
ਚਰਨ ਅਪਤ ਤੋਂ ਆਓ ਆਪਾਂ ਉਧਰ ਚੱਲਦੇ ਆ ਮੈਂ ਤੁਹਾਨੂੰ ਸਾਰੀ ਗੱਲ ਸਮਝਾਉਣੀ ਆ ਰਹਿਣ ਦੇ ਤੋ ਜੱਦਾ ਆਇਆ ਸਮਝਾਈ ਹੋਈ ਜਾਨੀ ਆ ਮੇਰੇ ਬਾਰੇ ਕਿਸੇ ਨੇ ਸਮਝਣ ਦੀ ਕੋਸ਼ਿਸ਼ ਕੀਤੀ ਆ ਨਾ ਜਦੋਂ ਦੇਖੋ ਤੁਸੀਂ ਐਂ ਕਰ ਲਓ ਤੁਸੀਂ ਓਏ ਕਰ ਲਓ ਇਹਨਾਂ ਨੂੰ ਸਾਰਾ ਕੁਝ ਸਮਝ ਆਉਂਦਾ ਫਿਰ ਵੀ ਉਹਦੀ ਹਰੇਕ ਗੱਲ ਮੰਨੀ ਜਾਂਦੇ ਆ ਕੱਲ ਨੂੰ ਕੋਈ ਹੋਰ ਵੱਡੀ ਗੱਲ ਕਹਿ ਦੂਗਾ ਫਿਰ ਉਹ ਵੀ ਮੰਨੀ ਜਾਇਓ ਪੁੱਤ ਮੈਂ ਤਾਂ ਕਹਿੰਦੀ ਆ ਵੀ ਤੂੰ ਵੱਡਾ ਜਵਾਈ ਆ ਤੂੰ ਸਮਝਦਾਰ ਆ ਤੂੰ ਇਹ ਵੀ ਸਮਝ ਲਏਗਾ ਮੰਮੀ ਮੈਂ ਤਾਂ ਸਾਰੀ ਗੱਲ ਸਮਝਦਾ ਵਾਂ ਤੇ ਸਮਝ ਲਊਂਗਾ ਵੀ ਤੁਸੀਂ ਉਹਨੂੰ ਕੁਛ ਸਮਝਾਓ ਜਿਹੜਾ ਕੁਛ ਸਮਝ ਕੇ ਰਾਜੀ ਨਹੀਂ ਤੇ ਨਾਲੇ ਆਹ ਗੱਲ ਕਰਕੇ ਨਾ ਤੁਸੀਂ ਰਿਸ਼ਤੇਦਾਰੀ ਖਤਮ ਕਰਨ ਵਾਲੀ ਗੱਲ ਕੀਤੀ ਆ ਨਹੀਂ ਪੁੱਤ ਤੂੰ ਇੱਦਾਂ ਦੀਆਂ ਗੱਲਾਂ ਕਿਉਂ ਕਰਦਾ ਮੰਮੀ ਇੱਦਾਂ ਦੀਆਂ ਗੱਲਾਂ ਮੈਂ ਤਾਂ ਕਰਦਾ ਕਿਉਂਕਿ ਤੁਹਾਨੂੰ ਸਮਝ ਹੀ ਇੱਦਾਂ ਦੀਆਂ ਗੱਲਾਂ ਆਉਂਦੀਆਂ ਨੇ ਉਹ ਹੁਣ ਤੱਕ ਇੱਦਾਂ ਦੀਆਂ ਗੱਲਾਂ ਕਰਦਾ ਆਇਆ ਤਾਂ ਹੀ ਤਾਂ ਦਵੇ ਬੈਠੇ ਹੋ ਹਜੇ ਤੱਕ ਨਹੀਂ ਨਹੀਂ ਪੁੱਤ ਦਵੇ ਨਹੀਂ ਬੈਠੇ ਉਹਦਾ ਸੁਭਾਅ ਇੱਦਾਂ ਦਾ ਉਹਦੇ ਸੁਭਾਅ ਦੇ ਹਿਸਾਬ ਦੇ ਨਾਲ ਅਸੀਂ ਐਡਜਸਟਮੈਂਟ ਕਰਦੇ ਹਾਂ ਬਸ ਠੀਕ ਆ ਜਿਹਦਾ ਸੁਭਾਅ ਨਰਮ ਆ ਉਹਨੂੰ ਤਾਂ ਤੁਸੀਂ ਧੱਕੇ ਮਾਰਦੇ ਹੋ ਤੇ ਜਿਹਦਾ ਗਰਮ ਆ ਉਹ ਤੋਂ ਧੱਕੇ ਖਾਂਦੇ ਫਿਰਦੇ ਹੋ ਮੰਮੀ ਜੇ ਤੁਸੀਂ ਆਪਣੇ ਵੱਲੋਂ ਮੈਨੂੰ ਕਹਿੰਦੇ ਨਾ ਕਿ ਨਾ ਆ ਮੈਂ ਬੇਸ਼ੱਕ ਨਾ ਆਉਂਦਾ ਪਰ ਤੁਸੀਂ ਹੁਣ ਉਹਦੇ ਕਹਿਣ ਤੇ ਕਹਿੰਦੇ ਪਏ ਹੋ ਕਿ ਨਾ ਆ ਮੈਂ ਉਹਦੀ ਹਿੰਡ ਨਹੀਂ ਚੱਲਣ ਦੇਣੀ ਮੈਂ ਵੀ ਫੰਕਸ਼ਨ ਤੇ ਜਾਊਂਗਾ ਪੁੱਤ ਤੂੰ ਸਮਝਦਾ ਕਿਉਂ ਨਹੀਂ ਉਹ ਕਹਿੰਦਾ ਮੈਂ ਸ਼ੈਲੀ ਨੂੰ ਛੱਡ ਦੇਣਾ ਫਿਰ ਕੀ ਕਰਾਂਗੇ ਅੱਜ ਉਹ ਤੁਹਾਨੂੰ ਸ਼ੈਲੀ ਦਾ ਡਰਾਵਾ ਦੇ ਕੇ ਸਾਡੇ ਨਾਲ ਰਿਸ਼ਤਾ ਤੋੜਨ ਨੂੰ ਕਹਿ ਰਿਹਾ ਕਿ ਸਾਡੇ ਨਾਲ ਰਿਸ਼ਤਾ ਤੋੜ ਦਿਓ ਕੱਲ ਨੂੰ ਫਿਰ ਸ਼ੈਲੀ ਦਾ ਡਰਾਵਾ ਦੇ ਕੇ ਤੁਹਾਨੂੰ ਕਹੂਗਾ ਕਿ ਦੇਵ ਤੇ ਮਿੰਦਰ ਨੂੰ ਛੱਡ ਦਿਓ ਤੁਸੀਂ ਉਹਦੇ ਨਾਲ ਵੀ ਰਿਸ਼ਤਾ ਤੋੜ ਦੋਗੇ ਮੈਂ ਨਾ ਇਸ ਘਰ ਚ ਪੁੱਤ ਬਣ ਕੇ ਆਇਆ ਜਵਾਈ ਬਣ ਕੇ ਨਹੀਂ ਆਇਆ ਤੇ ਜਿਹੜੇ ਮੇਰੇ ਪੁੱਤ ਵਾਲੇ ਫਰਜ਼ ਆ ਨਾ ਉਹ ਮੈਨੂੰ ਨਿਭਾ ਲੈਣ ਦਿਓ ਮੈਨੂੰ ਰੋਕੋ ਨਾ ਮਨਪ੍ਰੀਤ ਮੈਂ ਤਿਆਰ ਬੈਠਾ ਜਦੋਂ ਜਾਣਾ ਹੋਇਆ ਦੱਸ ਦੀ ਜੀਜਾ ਜੀ ਜੀਜਾ ਜੀ ਮੇਰੀ ਤੁਸੀਂ ਕਿੱਥੇ ਚੱਲੇ ਮੇਰੇ ਨਾਲ ਚੱਲੋ ਮੈਂ ਇੱਕ ਮਿੰਟ ਜੀਜਾ ਜੀ ਨਾਲ ਗੱਲ ਤਾਂ ਕਰ ਲਵਾਂ ਪਹਿਲਾਂ ਮੇਰੇ ਨਾਲ ਜਾ ਕੇ ਕਮਰੇ 'ਚ ਗੱਲ ਕਰੋ ਕੀ ਗੱਲ ਕਰਾਂ ਤੇਰੇ ਨਾਲ ਮੈਨੂੰ ਪਰ ਤੁਸੀਂ ਚੱਲੋ ਤਾਂ ਸਹੀ ਯਾਰ ਮਿੰਦੋ ਸਮਝੀਦਾ ਹੁੰਦਾ ਇੱਕ ਵਾਰ ਗੱਲ ਤਾਂ ਕਰ ਲਵਾਂ ਚਲੋ ਮੇਰੇ ਨਾਲ ਮਿੰਦੋ ਮੈਨੂੰ ਇੱਕ ਮਿੰਟ ਬਾਹਰ ਛੱਡ ਮੈਨੂੰ ਗੱਲ ਤਾਂ ਕਰ ਲੈਂਦੀ ਜੀਜਾ ਜੀ ਨਾਲ ਮੈਂ ਪੁੱਛੋ ਤਾਂ ਸਹੀ ਕੀ ਗੱਲ ਹੋਈ ਆ ਕੀ ਗੱਲ ਕਰਨੀ ਆ ਤੁਸੀਂ ਨਾ ਕੀ ਕਰਨ ਜਾ ਰਹੇ ਸੀ ਅੰਦਰ ਕਰਨਾ ਕੀ ਆ ਮੈਂ ਤੇਰੇ ਸਾਹਮਣੇ ਆ ਜੋ ਕੁਛ ਹੁੰਦਾ ਪਿਆ ਉਹ ਛੋਟੇ ਦੀ ਹੋਈ ਪੂਛ ਪੂਛ ਕਰੀ ਜਾਂਦੇ ਨੇਗੇ ਉਹਦੀ ਆਕੜ ਕਰਕੇ ਵੱਡੇ ਜੀਜਾ ਜੀ ਦਾ ਪ੍ਰੋਗਰਾਮ ਕੈਂਸਲ ਕਰੀ ਜਾਂਦੇ ਨੇ ਉਹ ਫਿਰ ਕੀ ਹੋ ਗਿਆ ਜੇ ਉਹ ਨਹੀਂ ਜਾਣਗੇ ਉਹ ਪ੍ਰੋਗਰਾਮ ਤਾਂ ਹੋਰ ਵੀ ਬਥੇਰੇ ਆ ਜਾਣਗੇ ਪਰ ਜੇ ਥੋੜਾ ਛੋਟਾ ਜੀਜਾ ਰਜਿੰਦਰ ਰੁੱਸ ਗਿਆ ਨਾ ਉਹ ਠੀਕ ਨਹੀਂ ਹੋਣਾ ਨਾ ਆਵੇ ਠੀਕ ਯਾਰ ਇਹ ਤਾਂ ਸਾਡੇ ਸਿਰ ਚ ਗਲੀਆਂ ਕਰੀ ਜਾਂਦਾ ਮੈਂ ਹੈਰਾਨ ਨਿੱਕੀ ਜੀ ਗੱਲ ਫੜ ਕੇ ਬਹਿ ਜਾਂਦਾ ਜਦੀ ਉਹਦੇ ਦਾਦਕੇ ਨਾਨਕੇ ਸਾਰੇ ਫਰੋੜ ਦਿੰਦਾ ਇੰਨਾ ਗੰਦਾ ਬੰਦਾ ਇਹ ਗਲਤੀ ਹੋ ਗਈ ਭੈਣ ਵਿਆਹ ਕੇ ਇਹਦੇ ਨਾਲ ਪਰ ਮੈਂ ਕਰ ਕੀ ਸਕਦਾ ਮੈਂ ਉਹ ਚਾਹੇ ਚੰਗਾ ਚਾਹੇ ਗੰਦਾ ਪਰ ਤੁਸੀਂ ਇਹ ਨਾ ਭੁੱਲੋ ਉਹ ਸ਼ੈਲੀ ਦਾ ਘਰ ਵਾਲਾ ਤੇ ਉੱਤੋਂ ਤੁਹਾਡੀ ਭੈਣ ਦਾ ਨਵਾਂ ਨਵਾਂ ਵਿਆਹ ਹੋਇਆ ਤੁਸੀਂ ਮੇਰੀ ਗੱਲ ਮੰਨੋ ਤੁਹਾਨੂੰ ਵੀ ਤਾਂ ਪਤਾ ਗੁਰਚਰਨ ਕੋਲੇ ਕੀ ਕੁਛ ਆ ਤੇ ਕੀ ਨਹੀਂ ਹੈਗਾ ਪਰ ਰਜਿੰਦਰ ਉਹਨਾਂ ਕੋਲ ਕਿੰਨਾ ਕੁਛ ਆ ਆਪਾਂ ਰਜਿੰਦਰ ਹੋਣੀਆਂ ਨਾਲ ਹੀ ਵਰਤਾਂਗੇ ਇਹਨਾਂ ਨੂੰ ਛੱਡੋ ਪਰ ਲਿਆਉਣ ਨੂੰ ਅੱਜ ਤਾਂ ਇਹ ਗੱਲ ਕਹਿਤੀ ਅੱਗੇ ਤੋਂ ਨਾ ਕਹੀ ਮੈਂ ਪੈਸਿਆਂ ਨਾਲ ਨਹੀਂ ਵਰਤਦਾ ਜਿੱਦਾਂ ਸ਼ੈਲੀ ਮੇਰੀ ਭੈਣ ਆ ਨਾ ਉਦਾਂ ਹੀ ਮਨਪ੍ਰੀਤ ਵੀ ਮੇਰੀ ਭੈਣ ਆ ਤੁਸੀਂ ਮੇਰੀ ਗੱਲ ਨੂੰ ਨਾ ਪੁੱਠੇ ਪਾਸੇ ਲੈ ਕੇ ਜਾ ਰਹੇ ਹੋ ਮੈਂ ਉਵੇਂ ਨਹੀਂ ਕਹਿ ਰਹੀ ਹੋਰ ਕਿਵੇਂ ਕਹਿੰਦੀ ਆ ਆ ਸਿੱਧਾ ਸਿੱਧਾ ਤਾਂ ਆ ਕੇ ਤੂੰ ਮੈਨੂੰ ਕਿਹਾ ਕਿ ਉਹਨਾਂ ਕੋਲੇ ਸਾਰਾ ਕੁਛ ਹੈਗਾ ਤੇ ਗੁਰਚਰਨ ਕੋਲੇ ਕੁਛ ਹੈ ਨਹੀਂ ਉਹ ਕਿਸੇ ਨੂੰ ਨਾ ਪੈਸੇ ਨਾਲ ਜੱਜ ਨਹੀਂ ਕਰੀਦਾ ਹੁੰਦਾ ਦਿਲ ਵੀ ਬਹੁਤ ਵੱਡੀ ਚੀਜ਼ ਹੁੰਦੀ ਆ ਕੀ ਆਹ ਦਿਲ ਦੁਲ ਦੀਆਂ ਗੱਲਾਂ ਕਰੀ ਜਾਂਦੇ ਹੋ ਤੁਹਾਡੇ ਦਿਮਾਗ ਨੂੰ ਹੋਇਆ ਕੀ ਆ ਓਏ ਮਨਪ੍ਰੀਤ ਤੇ ਗੁਰਚਰਨ ਤਾਂ ਫੇਰ ਵੀ ਆ ਜਾਣਗੇ ਪਰ ਸ਼ੈਲੀ ਉਹਦਾ ਔਖਾ ਹੋ ਜਾਣਾ ਔਖਾ ਹੁੰਦਾ ਹੋ ਹੀ ਜਾਵੇ ਪਰ ਮੈਂ ਮਨਪ੍ਰੀਤ ਨਹੀਂ ਜਾਣ ਦੇਣੀ ਭੈਣ ਆ ਉਹ ਮੇਰੀ ਪਾ ਦੋ ਨਵਾਂ ਸਿਆਪਾ ਹੁਣ ਤੁਸੀਂ ਉਹੀ ਰਹਿ ਗਏ ਸੀ ਜਿਹੜੀ ਘਾਟ ਸੀ ਨਾ ਕਰ ਦੋ ਪੂਰੀ ਮੈਂ ਸਿਆਪਾ ਪਾ ਨਹੀਂ ਰਿਹਾ ਉਹਦਾ ਹੱਲ ਕਰਨ ਤੇ ਲੱਗਿਆ ਹੋਇਆ ਤੇ ਨਾਲੇ ਤੂੰ ਨਾ ਬੋਲ ਪਹਿਲਾਂ ਹੀ ਮੇਰਾ ਦਿਮਾਗ ਖਰਾਬ ਹੋਇਆ ਪਿਆ ਠੀਕ ਆ ਮੰਮੀ ਮੈਂ ਉਹਨੂੰ ਕਹਿ ਦਿੰਦੀ ਹਾਂ ਪਰ ਇਹ ਕਹਿਣ ਤੋਂ ਬਾਅਦ ਮੈਂ ਕਦੇ ਫੋਰਸ ਨਹੀਂ ਕਰ ਸਕਦੀ ਵੀ ਇੱਥੇ ਆਓ ਮੈਂ ਇਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਲੈ ਜਾਂਦੀ ਹਾਂ ਕਿਤੇ ਨਹੀਂ ਜਾਣਾ ਭੈਣੇ ਤੂੰ
ਇੱਥੇ ਹੀ ਰਹੇਗੀ। ਨਹੀਂ ਵੀਰੇ, ਸਾਨੂੰ ਜਾ ਲੈਣ ਦਿਓ, ਐਵੇਂ ਵਾਧੂ ਦਾ ਕਲੇਸ਼ ਪਊਗਾ, ਅਸੀਂ ਫੇਰ ਆ ਜਾਵਾਂਗੇ 2-4 ਦਿਨਾਂ ਤੱਕ। ਨਹੀਂ ਨਹੀਂ ਜਾਣ ਦੇਣਾ ਮੈਂ। ਜਦ ਪੁੱਤ ਉਹ ਜਾਣ ਨੂੰ ਕਹਿੰਦੇ ਨੇ, ਤੂੰ ਜਾ ਲੈਣ ਦੇ, ਮਸਾਂ ਤਾਂ ਉਹ ਸਮਝੇ ਨੇ। ਮੰਮੀ ਇਹ ਸਮਝੇ ਨਹੀਂ, ਸਮਝਾਏ ਨੇ ਤੁਸੀਂ, ਉਹ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਤੁਸੀਂ ਉਹਦਾ ਗਲਤ ਬੰਦੇ ਦਾ ਸਾਥ ਕਿਉਂ ਦੇਈ ਜਾਂਦੇ ਹੋ। ਉਹ ਫੇਰ ਕੀ ਕਰੀਏ ਅਸੀਂ, ਹੋਰ ਕੋਈ ਹੱਲ ਹੈਗਾ ਦੂਜਾ? ਹੈਗਾ ਹੱਲ, ਮੈਂ ਕਰੂੰਗਾ ਹੱਲ। ਉਹ ਮੈਨੂੰ ਮਿੰਦੋ ਤੇ ਮੰਮੀ ਤੇ ਗੁੱਸਾ ਆਈ ਜਾਂਦਾ, ਉਹ ਤੁਹਾਨੂੰ ਪਤਾ ਮੰਮੀ, ਤੁਸੀਂ ਸਾਰਾ ਕੁਛ ਆਪਣੇ ਅੱਖੀ ਦੇਖਦੇ ਪਏ ਹੋ, ਤੁਸੀਂ ਫੇਰ ਵੀ ਗਲਤ ਬੰਦੇ ਦੀ ਕਿਉਂ ਸਾਈਡ ਲਈ ਜਾਂਦੇ ਹੋ? ਮੈਂ ਬਾਰ ਬਾਰ ਕਹੀ ਜਾਂਦਾ, ਤੁਹਾਨੂੰ ਸੁਣਦਾ ਕਿ ਨਹੀਂ? ਨਹੀਂ ਵੀਰੇ, ਰਹਿਣ ਦਿਓ, ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਦੀ ਮਜਬੂਰੀ ਮੈਂ ਸਮਝਦੀ ਹਾਂ। ਕੋਈ ਮਜਬੂਰੀ ਨਹੀਂ, ਪ੍ਰੋਬਲਮ ਸਿਰਫ ਰਜਿੰਦਰ ਨੂੰ ਆ ਮੰਮੀ, ਉਹਨੂੰ ਪ੍ਰੋਬਲਮ ਆ, ਉਹ ਨਾ ਜਾਵੇ। ਪਰ ਜੇ ਮਨਪ੍ਰੀਤ ਤੇ ਗੁਰਚਰਨ ਨਾ ਗਏ ਨਾ, ਕੋਈ ਫੰਕਸ਼ਨ ਨਹੀਂ, ਕੋਈ ਪਾਰਟੀ ਨਹੀਂ ਹੋਣੀ। ਆ ਕੀ ਗੱਲ ਬਣੀ, ਉਹ ਤੂੰ 2 ਜਾਣਿਆਂ ਪਿੱਛੇ ਫੰਕਸ਼ਨ ਕੈਂਸਲ ਕਰੇਗਾ? ਹਾਂ ਕਰ ਦੂੰਗਾ ਕੈਂਸਲ, ਤੁਹਾਨੂੰ ਪਤਾ ਨਾ ਇਹ 2 ਜਾਣੇ ਕੌਣ ਨੇ। ਵੀਰੇ ਮੇਰੇ ਤੇ ਇਹਨਾਂ ਦੀ ਗੱਲ ਕਰਦੇ ਹੋ ਨਾ? ਨਹੀਂ, ਮੈਂ ਸ਼ੈਲੀ ਤੇ ਅਰਜਿੰਦਰ ਦੀ ਗੱਲ ਕਰਦਾ। ਮੰਮੀ ਸੁਨੇਹਾ ਲਾ ਦੇ ਸਾਰਿਆਂ ਨੂੰ, ਰਹਿਣਾ ਰਹੋ ਜਾਣਾ ਜਾਓ, ਪਰ ਕੋਈ ਫੰਕਸ਼ਨ ਨਹੀਂ ਹੋਣਾ, ਕੋਈ ਪਾਰਟੀ ਨਹੀਂ ਹੋਣੀ। ਉਹ ਨਹੀਂ ਪੁੱਤ, ਤੇਰੇ ਪੈਸੇ ਭਰੇ ਹੋਏ ਨੇ, ਰਿਸ਼ਤੇਦਾਰ ਸੱਦੇ ਹੋਏ ਨੇ, ਆਹ ਗਲਤ ਗੱਲ ਆ। ਤੇ ਜਿਹੜਾ ਕੰਮ ਤੁਸੀਂ ਕਰਦੇ ਪਏ ਹੋ ਉਹ ਸਹੀ ਆ, ਤੇ ਰਹੀ ਗੱਲ ਰਿਸ਼ਤੇਦਾਰਾਂ ਦੀ, ਵਟਸਐਪ ਦੇ ਉੱਤੇ ਸੱਦਾ ਭੇਜਿਆ ਸੀਗਾ, ਵਟਸਐਪ ਦੇ ਉੱਤੇ ਲਿਖ ਕੇ ਭੇਜ ਦੂੰਗਾ ਕਿ ਪ੍ਰੋਗਰਾਮ ਕੈਂਸਲ ਹੋ ਗਿਆ। ਵੀਰੇ ਤੁਸੀਂ ਸਾਡੇ ਕਰਕੇ ਪ੍ਰੋਗਰਾਮ ਨਾ ਕੈਂਸਲ ਕਰੋ, ਅਸੀਂ ਚਲੇ ਜਾਂਦੇ ਹਾਂ, ਕੋਈ ਗੱਲ ਨਹੀਂ। ਮਨਪ੍ਰੀਤ ਪਹਿਲਾਂ ਆਪਣੇ ਦਿਮਾਗ 'ਚੋਂ ਇੱਕ ਗੱਲ ਕੱਢ ਦੇ ਕਿ ਇਹ ਪ੍ਰੋਗਰਾਮ ਤੁਹਾਡੇ ਕਰਕੇ ਕੈਂਸਲ ਹੋ ਰਿਹਾ, ਬਸ ਕੈਂਸਲ ਹੋ ਰਿਹਾ। ਜਿੱਥੇ ਮੇਰੇ ਸਾਰੇ ਆਪਣੇ ਨੇ ਨਾ ਹੁਣ, ਮੈਨੂੰ ਉਹੋ ਜਿਹੇ ਫੰਕਸ਼ਨ ਦੀ ਲੋੜ ਨਹੀਂ। ਹੁਣ ਮੰਮੀ ਕੀ ਕਰੀਏ? ਕਰਨਾ ਕੀ ਹੈ, ਬਹਿ ਜਾ ਭਾਈ, ਪ੍ਰੋਗਰਾਮ ਤਾਂ ਕੈਂਸਲ ਹੋ ਗਿਆ। ਕਿੰਨੇ ਵਜੇ ਦਾ ਟਾਈਮ ਸੀ ਫੰਕਸ਼ਨ ਦਾ? 5 ਵਜੇ ਦਾ। ਇੱਥੇ ਤਾਂ 6 ਵੱਜ ਗਏ, ਚਾਰੇ ਪਾਸੇ ਚੁੱਪ ਚਾਂਦ ਹੋਈ ਪਈ ਹੈ, ਕਿਤੇ ਚਲੇ ਤਾਂ ਨਹੀਂ ਗਏ ਸਾਰੇ? ਦੇਖਦੀ ਹਾਂ ਜੀ। ਭਾਬੀ ਇਹ ਪੁੱਛਦੇ ਪਏ ਸੀ ਕਦੋਂ ਕੁ ਜਾਣਾ। ਕਿੱਥੇ ਜਾਣਾ? ਪਾਰਟੀ ਤੇ। ਉਹ ਪਾਰਟੀ ਤੇ ਤਾਂ ਜਾਵਾਂਗੇ ਜੇ ਤੇਰਾ ਪ੍ਰਾਹੁਣਾ ਜਾਣ ਦਊਗਾ, ਸਾਰੇ ਮੂਡ ਖਰਾਬ ਕਰਕੇ ਧਰਤਾ। ਤੁਹਾਨੂੰ ਪਤਾ ਤਾਂ ਹੈਗਾ ਇਹਨਾਂ ਦਾ। ਚਲੋ ਐਂ ਕਰੋ, ਤੁਸੀਂ ਚਲੇ ਜਾਓ, ਅਸੀਂ ਘਰੇ ਰਹਿ ਪੈਂਦੇ ਹਾਂ। ਵਾਹ, ਕਿੱਦਾਂ ਦੀਆਂ ਗੱਲਾਂ ਕਰੀ ਜਾਂਦੀਆਂ ਸ਼ੈਲੀ, ਨਾ ਤੁਹਾਨੂੰ ਛੱਡ ਕੇ ਜਾਂਦੇ ਅਸੀਂ ਚੰਗੇ ਲੱਗਦੇ ਆ। ਜਾਣੀ ਕਿ ਹੁਣ ਘਰੋਂ ਕੋਈ ਵੀ ਨਹੀਂ ਜਾ ਰਿਹਾ? ਨਹੀਂ, ਕੋਈ ਨਹੀਂ ਜਾ ਰਿਹਾ, ਸਾਰੇ ਘਰੇ ਨੇ। ਹੁਣ ਆਪਣੇ ਪ੍ਰਾਹੁਣੇ ਨਾ ਪੁੱਛ ਕੇ ਦੱਸ ਦੇ ਵੀ ਰੋਟੀ ਹੁਣੀ ਲਿਆਵਾਂ ਕਿ ਠਹਿਰ ਕੇ ਖਾਣੀ ਆ। ਠੀਕ ਆ ਭਾਬੀ ਜੀ, ਜਾਣੀ ਆ। ਜਾਣੀ ਆ, ਤੇਰਾ ਤਾਂ ਕਹਿ ਕੇ ਸਰ ਗਿਆ, ਮੇਰੇ ਤਾਂ ਸਾਰੇ ਰਿਸ਼ਤੇਦਾਰ ਨਾ ਰਾਹ ਚੋਂ ਮੁੜ ਕੇ ਗਏ ਆ। ਤੈਨੂੰ ਕਿਸੇ ਕੰਮ ਭੇਜਿਆ ਸੀ ਮੈਂ, ਕੀ ਗੱਲ ਚੁੱਪ ਕਰਕੇ ਆ ਕੇ ਪੈ ਗਈ? ਰੋਟੀ ਬਣਦੀ ਪਈ ਹੈ ਜੀ, ਹੁਣੀ ਲੈ ਕੇ ਆਵਾਂ ਕਿ ਠਹਿਰ ਕੇ ਲੈ ਕੇ ਆਵਾਂ? ਤੈਨੂੰ ਜਿਹੜੇ ਕੰਮ ਭੇਜਿਆ ਸੀ ਨਾ, ਮੈਨੂੰ ਉਸ ਗੱਲ ਦਾ ਸਾਫ਼ ਸਾਫ਼ ਜਵਾਬ ਦੇ, ਪਾਰਟੀ ਤੇ ਜਾਣਾ ਕਹੀਂ? ਕੀ ਗੱਲ ਐ ਕੋੜਾ ਕੋੜਾ ਝਾਕਦੀ ਐ, ਤੇਤੋਂ ਨਾ ਮੈਂ ਕੁਛ ਪੁੱਛਿਆ? ਤਾਂ ਸੁਣ ਲਓ ਜੀ ਜਵਾਬ, ਪ੍ਰੋਗਰਾਮ ਕੈਂਸਲ ਹੋ ਗਿਆ, ਕੋਈ ਨਹੀਂ ਜਾ ਰਿਹਾ। ਆਹ ਕੀ ਮਤਲਬ ਹੋਇਆ, ਮੈਂ ਬੇਵਕੂਫ ਹਾਂ? ਮੈਂ ਕੰਮ ਛੱਡ ਕੇ ਆਇਆ ਹੋਇਆ, ਪ੍ਰੋਗਰਾਮ ਕੈਂਸਲ ਕਰਤਾ? ਤੁਸੀਂ ਕੱਲਿਆਂ ਨੇ ਨਹੀਂ ਛੱਡਿਆ ਹੋਇਆ ਸੀ ਕੰਮ, ਮੇਰੇ ਭਰਾਵਾਂ ਨੇ ਵੀ ਛੱਡਿਆ ਹੋਇਆ ਸੀ ਕੰਮ। ਮਾਰਦੇ ਹੋ ਗੱਲਾਂ, ਬੋਲਦੀ ਕਿਵੇਂ ਆ ਤੂੰ? ਆਹ ਟੋਨ ਜੀ ਸਹੀ ਕਰ ਲੈ ਆਪਦੀ, ਮੈਥੋਂ ਆਪਦੀਆਂ ਜਾੜਾਂ ਨਾ ਕਢਾ ਲਈ। ਮੇਰੀਆਂ ਜਾੜਾਂ ਵਾਲੇ ਨਾ ਬਾਅਦ ਚੋਂ ਸੋਚਿਓ, ਆਪਣੀਆਂ ਨਾ ਕਢਾ ਲਿਓ, ਮੇਰੇ ਪੇਕੇ ਬੈਠੇ ਹੋ, ਸਹੁਰੇ ਨੀ। ਨਾ ਜਦੋਂ ਦੇ ਆਏ ਹੋ ਸਾਰੇ ਤਾਂ ਹੁਕਮ ਚਲਾਈ ਜਾਂਦੇ ਹੋ, ਨੌਕਰ ਆ ਅਸੀਂ ਤੁਹਾਡੇ।
कदे थोनू पकौड़े चाहिए है, कदे आलू वाले परौंठे चाहिए है, थोनू तो आए आ सारे जाने थोड़े अगे पिछे लगे रहन। तेरी जवान खुल गई, तेनू मैं दसदा। दस की दसेगा, आ जेड़े मोबाइल दी फुकरी मारदा ना, ए तेरे कोले कल्ले कोले नहीं सारी दुनिया ले फिरदी आ। शैली की शैली जेड़ी आ तुसी मेरे जिजे सामने फड़ मारी है ना, भी आ फोन लिया 80,000 दा, जे मैं उन्हां नूं असलियत दसा ना भी ए तां हैगा ही 25 दा सेकंड हैंड लिया, तेरी तां सारी धरी दी धरी रह जानी आ। की डरावे जे दिंदा मैनूं, मैं चलिया मैं नहीं लैके जाना नाल, जां मैं कहणे तैनूं तू जा इत्थों, मैं नहीं जांदी तेरे नाल। लगदा तेरी चर्बी लाउणी पैणी है, तू रह इत्थे हुण तां ना कागज़ आउणगे। आ कागज़ां दी धमकी ना किसे होर नूं देई, भेज दी जिहड़े कागज़ भेजणे आ। कोई नहीं भेजदा, पहला इत्थों जावां, रह इत्थे। रह पूंगी, हुण तक इत्थे रहिंदी आई आ। तू बोलणो हटदी नहीं, हथ ला सही, तैनूं फेर दसदी आ। की गल होई आ? गल ए होई आ मैं नहीं तेरी भैन रखनी, अपने कोल ही रखो। जीजा जी की होया जी हुण? कुछ नहीं होया, इहनूं बोलण दी आ करनी, इहनूं अकल दिओ पहलां। बोलण दी अकल जीजा तैनूं नहीं, इह टॉपर रही आ कॉलेज दी, समझ गया? बोलण दी अकल नहीं ना होर ना होर। कहिड़ी चीज़ दा घमंड आ जीजा तैनूं? पैसा दा? ओ पैसा हथा दी मैल हुंदी आ, किसे कोले आउंदा ते किसे कोल चलै भी जांदा, राजे तो रंक बणदे देर नहीं लगदी हुंदी। नाले जिहड़ा धौण दे विच तेरे सरिया फसिया होया ना, उहनूं कढ़ा ला, कब्बे असीं वी बहुत आ, जीजा जीजा करके तैनूं पूजी जांदे आ, ओ तैनूं इज्जत लैणी वी नहीं आउंदी। जे साले इज्जत दिंदे ने ना तां उहनूं एक्सैप्ट कर, बदले दे विच वी इज्जत दे। एक सच्ची गल कहां, बाहर किसे नाल ऐ ताड़ नाल गल ना करी, अगला चूचे जिद्दा मूंह कढ दू। ओ यार तेरी हरेक गल असीं सही जाणदे आ, सिर्फ तां क्योंकि असीं तैनूं अपनी भैण दित्ती आ, पर नजायज गल्लां कोई भी नहीं सहदा हुंदा, भी तूं बोली होई जावे ते असीं सुनी होई जाइए सुनी होई जाइए। जिहड़ा मेरा बड़ा जीजा ना, इस घर च जवाइयां वांगू नहीं पुत्तां वांगू आउंदा, चाहे उहदे कोले पैसा घट आ पर जिहड़ा दिल आ ना ते समझदारी आ बहुत वड्डी आ, तेरे नाल तां किते ज्यादा। माफ करी जे मेरे कोलों कुछ वध घट कहा गया होवे, बाकी कमेंटां वालिआं ने तैनूं आपणे दस देना भी तेरा सुभाग किहो जिहा सीगा सीरीज दे विच। बहुत वार इदां हुंदा जी, इधर नूं आ जा परौणे। बहुत वार इदां हुंदा है जी कि इदां समझ लिया जांदा कि यार जिहड़े सौरा परिवार आ ना, मतलब कि जिहड़ा लड़की दा परिवार आ, है ना, वी उह गुलाम है। परौणे जा के उत्थे पता नहीं की आला फलैला बन जांदे ने, वी मुख मंत्री बन जांदे ने एक तरीके नाल, वी मैं जो कहूंगा उही होना चाहीदा, सब्जी सब्जी इदां दी बननी चाहीदी आ, अगले भावें मिर्च खांदे होण चाहे ना खांदे होण, परौणे नूं तड़का चंगी तरह लगना चाहीदा। ये एक घर की नहीं बहुत घर की गल आ, ते बहुत घर जो सीरीज दे विच असीं दिखाया कि दो साडू ने एक परौणे नूं नज़रअंदाज किया जाता, कई घर च यही चीज़ हुंदी आ, ते सिर्फ एक नूं ही एक दी ही पुछ गिछ की जाती है कि साडा परौणा तां उही आ तूं ही आ, क्यों जिहड़े चा हुंदे ने पता नहीं तां उह लै जांदे ने, पता नहीं किद्दां रिश्तेदारियां नूं तुसीं नाप तोल दे विच लै के जांदे हो। मैं उहनां बंदिआं दी गल करदा जिहड़े इदां करदे ने। सो पहली गल तां इह आ जी, जवाई जिहड़े हुंदे ने ना उह दोने इक्को जिहे हुंदे ने, दो धीआं दित्तीआं दो पुत्त लिआए, ते उह पुत्तां दा वी फर्ज हुंदा कि उह पुत्त बण के रहिणा, जवाई नहीं। बाकी अगली सीरीज आ रही है जी, टॉपिक तुहानूं दस चुके हां लव मैरिज, जिहड़ी इह सीरीज सी इह एक उस ब्रेक जो जिहनूं आपां ब्रेक कह दिंदे हां, इह उस
ਤਿਆਰੀ ਨੂੰ ਕੰਪਲੀਟ ਕਰਨ ਦੇ ਲਈ ਇਸ ਸੀਰੀਜ਼ ਨੂੰ ਲੈ ਕੇ ਆਂਦਾ ਗਿਆ। ਮੋਸਟਲੀ ਜਿਹੜੀ ਹੁੰਦੀ ਹੈ ਸੀਰੀਜ਼ ਇੱਕ ਦਿਨ ਦੇ ਵਿੱਚ ਲਿਖ ਕੇ ਇੱਕ ਦਿਨ ਚ ਸ਼ੂਟ ਕਰਕੇ ਤੁਹਾਡੇ ਅੱਗੇ ਪਰੋਸ ਦਿੱਤੀ ਜਾਂਦੀ ਹੈ, ਪਰ ਇਸ ਸੀਰੀਜ਼ ਲਵ ਮੈਰਿਜ ਇਹਦਾ ਐਂਗਲ ਹੀ ਵੱਖਰਾ ਆ। ਇਹ ਪ੍ਰੇਮ ਕਹਾਣੀ ਨਹੀਂ ਹੈਗੀ, ਇਹਦਾ ਐਂਗਲ ਵੱਖਰਾ ਤਾਂ ਆ ਕਿਉਂਕਿ ਇਹਦੇ ਉੱਤੇ ਅਸੀਂ ਓਨਾ ਹੀ ਕੰਮ ਕਰ ਰਹੇ ਹਾਂ ਜਿੰਨਾ ਅਸੀਂ ਕਾਲਾ ਫਿਲਮ ਦੇ ਉੱਤੇ ਕੀਤਾ ਸੀ, ਕਾਲਾ ਦਾ ਬਲੈਕ ਟਰੁੱਥ। ਜਿੰਨਾ ਅਸੀਂ ਕੰਮ ਉਸ ਫਿਲਮ ਨੂੰ ਲੈ ਕੇ ਕੀਤਾ ਸੀਗਾ ਓਨਾ ਹੀ ਇਸ ਸੀਰੀਜ਼ ਨੂੰ ਲੈ ਕੇ ਕਰ ਰਹੇ ਹਾਂ, ਕਿਉਂਕਿ ਇਹਦਾ ਮਿਊਜ਼ਿਕ ਡਿਫਰੈਂਟ ਹੈ, ਇਹਦਾ ਬੈਕਗਰਾਊਂਡ ਡਿਫਰੈਂਟ ਹੈ, ਇੱਕ ਮਿਊਜ਼ਿਕ ਪੈਰੋਡੀ ਹੈ ਇਹਦੇ ਵਿੱਚ। ਜਦੋਂ ਸੁਣੋਗੇ, ਪਹਿਲਾ ਐਪੀਸੋਡ ਦੇਖੋਗੇ ਨਾ, ਤੁਹਾਨੂੰ ਉਦੋਂ ਹੀ ਪਤਾ ਲੱਗ ਜਾਣਾ ਕਿ ਇਹਦਾ ਜਿਹੜਾ ਸਟਾਈਲ ਅਤੇ ਸਟੈਂਡਰਡ ਅਸੀਂ ਰੱਖਿਆ ਉਹ ਕਿੱਥੇ ਤੱਕ ਮੇਨਟੇਨ ਕਰਕੇ ਰੱਖਿਆ। ਅਤੇ ਹੋਪਫੁਲੀ ਜਿੱਦਾਂ ਤੁਸੀਂ ਬਾਕੀ ਸਾਰੀਆਂ ਸੀਰੀਜ਼ ਨੂੰ ਪਿਆਰ ਦਿੰਦੇ ਆਏ ਹੋ, ਇਸ ਨਵੀਂ ਚੀਜ਼ ਦੀ ਸੀਰੀਜ਼ ਨੂੰ ਵੀ ਪਿਆਰ ਦਿੱਤਾ, ਤੁਸੀਂ ਆਉਣ ਵਾਲੀ ਲਵ ਮੈਰਿਜ ਨੂੰ ਵੀ ਪਿਆਰ ਦਿਓਗੇ। ਲਵ ਮੈਰਿਜ ਇਹ ਪ੍ਰੇਮ ਕਹਾਣੀ ਨਹੀਂ ਹੈਗੀ, ਇਹ ਲਵ ਸਟੋਰੀ ਨਹੀਂ ਹੈਗੀ। ਮੈਂ ਪਹਿਲਾਂ ਦੱਸਦਾ ਇਹ ਲਵ ਸਟੋਰੀ ਨਹੀਂ ਹੈਗੀ, ਬੇਸ਼ੱਕ ਇਹਦਾ ਨਾਮ ਲਵ ਮੈਰਿਜ ਹੈ, ਅਲੱਗ ਜਿਹੀ ਸਟੋਰੀ ਹੈ, ਇਮੋਸ਼ਨਲ ਹੈ। ਬਹੁਤ ਲੋਕ ਦੇਖ ਕੇ ਪਛਤਾਉਣਗੇ ਅਤੇ ਬਹੁਤ ਲੋਕ ਦੇਖ ਕੇ ਸਮਝ ਵੀ ਜਾਣਗੇ। ਉਮੀਦ ਕਰਦਾ ਤੁਸੀਂ ਇਸ ਸੀਰੀਜ਼ ਨੂੰ ਸ਼ੇਅਰ ਕੀਤਾ। ਥੈਂਕਸ ਕਰਦਾ ਮੈਂ ਰਜਿੰਦਰ ਵੀਰੇ ਦਾ, ਸ਼ੈਲੀ ਦਾ, ਜਿਹੜੇ ਧੂਰੀ ਤੋਂ ਟਾਈਮ ਕੱਢ ਕੇ ਆਏ ਨੇ। ਅੱਛਾ ਤਾਂ ਯਾਰ ਮੈਂ ਗੱਲ ਹੋਰ ਕਹਿਣੀ ਚਾਹੁੰਦਾ, ਗਾਲਾਂ ਨਾ ਕੱਢਿਆ ਕਰੋ ਯਾਰ ਇਹਨੂੰ ਇਹਦੇ। ਚਲੋ ਕਰੈਕਟਰ ਨੂੰ ਤਾਂ ਗਾਲਾਂ ਬਣਦੀਆਂ ਨੇ, ਹੈ ਨਾ, ਉਸ ਕਰੈਕਟਰ ਨੂੰ ਵੀ ਗਾਲਾਂ ਤਾਂ ਪੈਂਦੀਆਂ ਨੇ ਕਿਉਂਕਿ ਇਹਨੇ ਉਹ ਕਰੈਕਟਰ ਬਹੁਤ ਵਧੀਆ ਨਿਭਾਇਆ। ਬਾਕੀ ਹੌਲੀ ਹੌਲੀ ਗਰੋ ਹੋ ਰਹੇ ਨੇ, ਐਕਟਿੰਗ ਪਤਾ ਕੀ ਗੱਲ ਹੈ ਜੀ, ਕੋਈ ਕਲਾਸ ਨਹੀਂ ਲਿੱਤੀ ਹੋਈ, ਕੋਈ ਸਕੂਲ ਨਹੀਂ ਐਕਟਿੰਗ ਦੇ ਗਏ, ਜੋ ਕੁਛ ਕਰ ਰਹੇ ਨੇ ਸੈਲਫ ਕੌਨਫੀਡੈਂਸ ਦੇ ਨਾਲ ਕਰ ਰਹੇ ਨੇ, ਇਹ ਕਰਤਾ ਰਹੇ ਨੇ ਨਾ। ਕਈ ਬੰਦੇ ਹੁੰਦੇ ਨੇ ਜਿਹੜੇ ਸਿਰਫ ਕਹਿੰਦੇ ਨੇ, ਕਮੈਂਟ ਕਰਦੇ ਨੇ, ਪਰ ਉਹ ਕਰਦੇ ਨਹੀਂ, ਪਰ ਇਹ ਸੁਣ ਕੇ ਵੀ ਕਰਤਾ ਰਹੇ ਨੇ ਨਾ। ਆਉਣ ਵਾਲੇ ਟਾਈਮ ਦੇ ਵਿੱਚ ਕਹਿੰਦੇ ਨੇ ਹੀਰਾ ਬਣਨ ਨੂੰ ਵੀ ਪਤਾ ਨਹੀਂ ਕਿੰਨੇ ਸਾਲ ਲੱਗ ਜਾਂਦੇ ਨੇ, ਉਹ ਵੀ ਜਲਦੀ ਨਹੀਂ ਬਣ ਜਾਂਦਾ ਹੁੰਦਾ, ਤਰਾਸ਼ੇ ਜਾ ਰਹੇ ਨੇ, ਹੌਲੀ ਹੌਲੀ ਪਾਲਿਸ਼ ਹੋ ਰਹੇ ਨੇ, ਚਮਕ ਵੀ ਆਊਗੀ, ਡੋਂਟ ਵਰੀ। ਐਂ ਪਿਆਰ ਕਰਦੇ ਰਹੋ। ਅਮਰਦੇਵ ਗੰਪੇਜ ਦੇ ਵੱਲੋਂ ਸਾਰਿਆਂ ਨੂੰ ਥੈਂਕ ਯੂ ਸੋ ਮਚ, ਲਵ ਯੂ, ਜਲਦੀ ਮਿਲਦੇ ਅਗਲੀ ਸੀਰੀਜ਼ ਦੇ ਨਾਲ। ਲਵ ਮੈਰਿਜ ਜ਼ਰੂਰ ਦੇਖਿਓ, ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ ਸੋ ਮਚ।